ਬਹਾਦਰੀ ਕੁਰਬਾਨੀ ਦੁਨੀਆ ਚ ਬਹੁਤ ਲੋਕਾਂ ਕੋਲ ਹੈ ਜੋ ਸਾਡੇ ਕੋਲ ਵੱਖਰਾ ਹੈ ਉਹਦੇ ਤੇ ਆਉਜੀ ਜਿਹਦੇ ਕਰਕੇ ਇਤਿਹਾਸ ਬਣ ਰਿਹਾ ਜਿਹਦੇ ਕਰਕੇ ਦੁਨੀਆ ਦੀਆਂ ਸਰਕਾਰ ਸਾਡੇ ਪਿੱਛੇ ਪੈਂਦੀਆਂ ਹਰੀ ਸਿੰਘ ਅਲੂਏ ਨੇ ਮਾਬਾ ਬੰਦੋਂ ਸੇ ਬਹਾਦਰ ਨੇ ਅੰਗਰੇਜ਼ਾਂ ਦਾ ਕੀ ਵਿਗਾੜਨਾ ਹੁਣ ਮਰਕੇ ਭਾਵੇਂ 500 ਫਿਲਮਾਂ ਬਣਾ ਲਓਨ ਤੇ ਕੀ ਹੋਊਗਾ ਵੀ ਅਸੀਂ ਆਪਣਾ ਸਮਾਂ ਹੋਰ ਦੇ ਤਰੀਕੇ ਨਾਲ ਲਾਵਾਂਗੇ ਜਿਹਦੇ ਤਰੀਕੇ ਨਾਲ ਲਾਵਾਂਗੇ ਉਹਦਾ ਫਾਇਦਾ ਕਰ ਮੰਡੀ ਹੋਰ ਖੁੱਲੀ ਕਰਾਂਗੇ ਹੋਰ ਵੱਡੀ ਕਰਾਂਗੇ ਇਹਦਾ ਮਤਲਬ ਇਹ ਹੈ ਕਿ ਇਹਦੇ ਨਾਲ ਸਾਡੇ ਤੋਂ ਕਿਸੇ ਨੂੰ ਖਤਰਾ ਨਹੀਂ ਹੈ ਇਸ ਕਰਕੇ ਇੱਕ ਭੈਮ ਪੈਦਾ ਕੀਤਾ ਜਾਂਦਾ ਕਿ ਸਰਕਾਰ ਸਾਡੇ ਸੱਚੇ ਇਤਿਹਾਸ ਦੀ ਫਿਲਮਾਂ ਨਹੀਂ ਬਣਨ ਦਿੰਦੀ ਜੇ ਸਰਕਾਰ ਨੂੰ ਖਤਰਾ ਹੋਵੇ ਤਾਂ ਕੋਈ ਉਹਨਾਂ ਦੇ ਉੱਤੇ ਫਿਲਮ ਬਣਾਵੇ ਕਿਉਂ ਜਿਹੜੇ ਬੰਦੇ ਨੂੰ ਲੱਗਦਾ ਕਿ ਸਰਕਾਰ ਫੜੂਗੀ ਲੋਕ ਉਹਦੇ ਨਾਲ ਹੱਥ ਮਿਲਾਉਣਾ ਹਟ ਜਾਂਦੇ ਨੇ ਜਦੋਂ ਖਤਰੇ ਦੀ ਗੱਲ ਹੋਵੇ ਦੁਨੀਆ ਜਿੱਥੇ ਵੀ ਲੋਕ ਸੱਚਾਈ ਖਾਤਰ ਲੜਦੇ ਨੇ ਉਹਨਾਂ ਤੇ ਫਿਲਮਾਂ ਬਣ ਕੇ ਚੱਲਣ ਇਹ ਮੰਡੀ ਨੂੰ ਪ੍ਰਵਾਨ ਸਦਾਈ ਜਿਦੇ ਮਰਜੀ ਬਣਾਓ ਜਿਹੜਾ ਵੀ ਕੋਈ ਸਾਧੂ ਮਹਾਤਮਾ ਜਿਹੜਾ ਵੀ ਕੋਈ ਸੂਰਮਾ ਜਿਹੜਾ ਵੀ ਕੋਈ ਪਹੁੰਚਿਆ ਹੋਇਆ ਉਹ ਮੰਡੀ ਦਾ ਖਾਜਾ ਬਣ ਜਾਏ ਤੇ ਮੰਡੀ ਹੋਰ ਕੀ ਚਾਹੁੰਦੀ ਇਹ ਪੱਠੀ ਹੋਰ ਕੀ ਚਾਹੁੰਦੀ ਇਹ ਪੱਠੀ ਤਾਂ ਇਹੋ ਜਿਹੀ ਲੱਗਣਾ ਚਾਹੁੰਦੀ ਹੈ ਜਿਹੜੀਆਂ ਲੱਠ ਲੱਠ ਮਚਣ ਲੋਕੀਂ ਭਮਕਣਾ ਜੋ ਆਉਣ ਦੇ ਅਮਰੀਕਾ ਦੀ ਸਰਕਾਰ ਕਈ 100 ਕਰੋੜ ਰੁਪਈਆ ਹਰ ਸਾਲ ਇਸੇ ਗਲਤੀ ਤੇ ਲਾਉਂਦੀ ਆ ਕਿ ਫੌਜ ਦੀ ਮਸ਼ਹੂਰੀ ਵਾਸਤੇ ਫਿਲਮਾਂ ਬਣਾਓ ਠੀਕ ਹਰ ਸਾਲ ਦਾ ਅਮਰੀਕਾ ਦੀ ਫੌਜ ਦਾ ਕਈ ਸੌ ਕਰੋੜਾਂ ਰੁਪਈਆ ਦਾ ਖਰਚਾ ਰੱਖਿਆ ਹੋਇਆ ਲਖਮਾਂ ਕਿ ਫਿਲਮਾਂ ਬਣਾਓ ਫੌਜ ਦੇ ਬਾਰੇ ਤਾਂ ਕਿ ਲੋਕ ਭਰਤੀ ਹੋਣ ਉੱਥੇ ਲੋਕੀ ਫੌਜ ਭਰਤੀ ਨਹੀਂ ਹੁੰਦੇ ਵੀ ਸਿੱਖੀ ਦਾ ਜ ਪ੍ਰਚਾਰ ਹੋਣਾ ਚਾਹੀਦਾ ਇਤਿਹਾਸ 'ਚ ਲਿਖੀ ਨੂੰ ਗੱਲ ਕਰੇ ਵੀ ਗਿਣਤੀ ਵਧਾਓ ਪ੍ਰਚਾਰ ਕਰੋ ਸਰਵ ਜੀ ਪ੍ਰਚਾਰ ਕਰਨ ਦੇ ਉਲਟ ਗੱਲਾਂ ਕਹੀਆਂ ਹੋਈਆਂ ਕਿ ਜਿਹੜਾ ਹੋਰਾਂ ਨੂੰ ਸਮਝਾਉਂਦਾ ਆਪ ਨਹੀਂ ਸਮਝਦਾ ਹੈ ਨਾ ਆਵਰੇਪਦੇਸ਼ਾ ਬਹੁਤ ਵਾਰੀ ਠੋਕਰ ਮਾਰੀ ਹੋਈ ਹੈ ਵੀ ਬਾਲੀਆਂ ਗੱਲਾਂ ਨਾ ਕਰੋ ਪਹਿਲਾਂ ਆਪ ਦੇ ਅੰਦਰ ਚਾਕੋ ਕਿ ਆਪ ਆਪਣੇ ਗਰੀਬਾਂ ਨੂੰ ਇੱਕ ਥੁਆਈ ਗੱਲ ਵੀ ਸਾਡਾ ਜਿਹ ਪ੍ਰਚਾਰ ਹੋ ਜੁ ਦੁਨੀਆ ਚ ਪੱਤੇ-ਪੱਤੇ ਦੇ ਨਾਲ ਲਿਖ ਦੋਈ ਸਿੱਕੀ ਦਾ ਮੈਂ ਸਾਰੇ ਪੱਤੇ ਨੇ ਰੰਗ ਕਰ ਦੋ ਸਾਰੀ ਮੁਲਕਤਾ ਦਾ ਰੰਗ ਕਰ ਦੋ ਡਰ ਹੈ ਕੋਈ ਸਾਡੀ ਗਿਣਤੀ ਥੋੜੀ ਹੈ ਜੀ ਦੇ ਨਾਲ ਲਗਾਓ ਹੈ ਬੰਦੇ ਦਾ ਉਹਦੇ ਨਾਲ ਮਿਲਣ ਦਾ ਬਿਹਾਰ ਪਤਾ ਲੱਗ ਜਾਂਦਾ ਵੀ ਮੈਨੂੰ ਚੰਗਾ ਲੱਗਾ ਹਰੀ ਦੇ ਨਲੂਗਾ ਕਰਨਾ ਕੀ ਆ ਉਹਦੇ ਦੇ ਫਿਲਮ ਬਣਾਓ ਜੀ ਉਹ ਭਾਈ ਜਿਹਦੇ ਕਰਕੇ ਉਹ ਨਲੂਸਨ ਨਲੂਗਾ ਬਣਿਆ ਉਹ ਕਿੱਥੇ ਗਈ ਗੁਰੂ ਦਾ ਸਤਕਾਰ ਕਿੱਥੇ ਗਿਆ ਬਾਣੀ ਪਾਠ ਸੇਵਾ ਉਹ ਕਿੱਥੇ ਗਈ ਕੁਝ ਤੋਂ ਬੰਦਿਆਂ ਨੂੰ ਮਸ਼ਹੂਰੀ ਮਿਲ ਜੂ ਕੁਝ ਨੂੰ ਪੈਸਾ ਮਿਲ ਜੂ ਬੰਦੇ ਮਸ਼ਹੂਰੀ ਵਾਲੇ ਪੈਸੇ ਵਾਲੇ ਚਲੇ ਜਾਣਗੇ ਦੁਨੀਆ ਪਰ ਇਹ ਜਿਹੜਾ ਤਰੀਕਾ ਹੈ ਇਹ ਸਾਡੇ ਘਰੇ ਹੋਰ ਥਾਂ ਖੋਲ ਜਾਣ ਅਥਲ ਸਵਾਲ ਤੁਸੀਂ ਕਿ ਜਿਵੇਂ ਸਾਡੇ ਘਰੇ ਪਹਿਲਾਂ ਮੂਰਤੀਆਂ ਆ ਗਈਆਂ ਹੁਣ ਇਹ ਬਜਰਾਇ ਮੂਰਤਾਂ ਹੋਰ ਗਾਂ ਆ ਜਾਣਗੀਆਂ ਪਹਿਲਾਂ ਸਾਡੇ ਬੰਦਿਆਂ ਨੇ 150 ਸਾਲ ਪਹਿਲਾਂ ਅੰਗਰੇਜ਼ਾਂ ਦੀ ਸਿੱਖਿਆ ਦਾ ਤਰੀਕਾ ਆਪਣੇ ਘਰੇ ਲੈ ਕੇ ਆਉਂਦਾ ਕਿ ਇਸ ਸਮੇਂ ਦੇ ਹਾਨੀ ਹੋ ਜਾਣਗੇ ਹੋ ਗਏ ਸਮਝਦੇ ਫਿਰ ਸਾਡੇ ਬੰਦਿਆਂ ਨੇ ਅੰਗਰੇਜ਼ੀ ਦਾ ਤਰੀਕਾ ਲੈ ਆਉਂਦਾ ਵੀ ਅੰਗਰੇਜ਼ੀ ਚ ਪੜਾਓ ਤਾਂ ਪੜਾਂਗੇ ਹੋ ਗਏ ਸਮਝਦੇ ਫਿਰ ਕਿਹਾ ਵੀ ਚਲੋ ਬਾਹਰ ਦੇ ਮੁਲਕ ਫਿਰ ਆਪਾਂ ਸਿੱਖ ਫਿਰ ਖੁਸ਼ਹਾਲ ਹੋਣਗੇ ਫਿਰ ਪੰਜਾਬ ਖੁਸ਼ਹਾਲ ਹੋਊਗਾ ਹੋ ਗਏ ਸਮਝਦੇ ਇਹਦੇ ਫਿਲਮਾਂ ਬਾਰੇ ਬੋਲਦੇ ਬੰਦੇ ਕਹਿੰਦੇ ਤੁਸੀਂ ਇਹ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਜੀ ਇਹਦਾ ਮਤਲਬ ਗਿੰਥੀ ਦਾ ਟਾਂਕਾ ਆ ਕੋਈ ਪੰਜ-ਛੇ ਗੱਲਾਂ ਹੋਰ ਨਹੀਂ ਸਮੇਂ ਦੇ ਹਾਂ ਨਹੀਂ ਹੈ ਸਮਾਂ ਹੁਣ ਬਦਲ ਗਿਆ ਜਿਹੜੇ ਬੰਦੇ ਇਦਾਂ ਹੀ ਗੱਲਾਂ ਕਰਦੇ ਆ ਆਮ ਤੌਰ ਤੇ ਉਹਨਾਂ ਦੀ ਸਮੇਂ ਬਾਰੇ ਸਮਝ ਜਾ ਸਰਕਾਰ ਦੀ ਜਾਂ ਵਪਾਰੀ ਦੀ ਘੜੀ ਹੋਈ ਗੱਲ ਹੀ ਹੁੰਦੀ ਹੈ ਬਿਨਾ ਕਰਤਾਰ ਤੋਂ ਜਾਂ ਬਿਨਾ ਅਮਲ ਜਿਹੜਾ ਗੱਲ ਦਾ ਫਲਾ ਹੈ ਜਾਂ ਵਪਾਰੀ ਚਾਹੁੰਦਾ ਜਾਂ ਰਾਂਪਰੇ ਕਾ 정치ਆ ਬੰਦੇ ਚਾਹੁੰਦੇ ਕਿ ਸਾਰਾ ਦੁਨੀਆਂ ਦੇ ਕਬਜ਼ਾ ਹੋ ਜਾਏ ਸਾਰੇ ਸਾਡੇ ਮੁਤਾਬਕ ਚੱਲੂ ਜਾਂ ਸਾਰੇ ਸਾਡੇ ਸਾਡੇ ਵਰਗੇ ਹੋ ਜਾਣ ਕਿਉਂ ਇਹ ਜਿਹੜੀ ਭਾਵਨਾ ਹੈ ਕਿ ਲੋਕ ਚੰਗੇ ਹੋਣ ਇਹ ਤਾਂ ਸਮਝ ਪੈਂਦੀ ਹੈ ਕਿ ਲੋਕ ਸਾਰੇ ਸਾਡੇ ਵਰਗੇ ਹੋ ਜਾਣ ਤੇ ਸਾਡਾ ਆਮਲ ਕੁਝ ਵੀ ਨਾ ਹੋਵੇ ਯੋ ਖੰਡ ਖੰਡ ਕਿਹਾ ਮੂੰ ਮਠਾ ਨਹੀਂ ਹੁੰਦਾ ਸਦੀਆਂ ਪੁਰਾਣੀ ਗੱਲ ਹੈ ਇਹ ਤੇ ਸੱਚੀ ਹੈ ਵੈਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇੱਕ ਸਿਨੇਮੇ ਦਾ ਜੋ ਪ੍ਰਚਾਰ ਦੇ ਸਾਧਨ ਦੇ ਰੂਪ ਦੇ ਵਿੱਚ ਸਿਨੇਮੇ ਨੂੰ ਜਿਵੇਂ ਦੇਖਿਆ ਜਾ ਰਿਹਾ ਹੈ ਤਾਂ ਜਿਸ ਤਰ੍ਹਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਸਿਨੇਮਾ ਪ੍ਰਚਾਰ ਦਾ ਇੱਕ ਬਹੁਤ ਵੱਡਾ ਸਾਧਨ ਸਾਬਤ ਹੋ ਸਕਦਾ ਸਿੱਖਾਂ ਦੇ ਲਈ ਇੱਕ ਵਰਦਾਨ ਵਾਂਗ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਵੀ ਜਿਹੜਾ ਪ੍ਰਚਾਰਕ ਨਹੀਂ ਕਰ ਸਕੇ ਉਹ ਸਿਨੇਮਾ ਕਰ ਦੇਗਾ ਦੇ ਜਿੱਥੋਂ ਤੱਕ ਤਾਂ ਵੀ ਉਹ ਤਾਕਤਵਰ ਸਾਧਨ ਹੈ ਇਹ ਗੱਲ ਤਾਂ ਸਹੀ ਹੈ ਪਰ ਉਹ ਹੱਥ 'ਚ ਕਿਹਦੇ ਆ ਸਕਦਾ ਹੈ ਇਹ ਸਵਾਲ ਥੋੜਾ ਸਮਝਣ ਵਾਲਾ ਹੈ। ਸੌਖੇ ਰੂਪ 'ਚ ਇਹਨਾਂ ਕਿ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਵੀ ਸਿਨੇਮਿਆਂ 'ਚ ਜੋ ਬਖਾਇਆ ਜਾਂਦਾ ਹੈ ਉਹ ਸਰਕਾਰ ਦੀ ਮਰਜ਼ੀ ਨਾਲ ਹੈ। ਠੀਕ ਇਸ ਕਰਕੇ ਇਹ ਜਿਹੜਾ ਸਾਧਨ ਹੈ ਇਹ ਸਰਕਾਰ ਦਾ ਸਾਧਨ ਹੋਇਆ। ਜਾਂ ਸਰਕਾਰ ਦੀ ਮਰਜ਼ੀ ਨੇ ਚੱਲਣ ਵਾਲਾ ਸਾਧਨ ਹੋਇਆ। ਜਿਨ੍ਹਾਂ ਦੀ ਕਿਸੇ ਸਰਕਾਰ ਨਾਲ ਅਣਬਣ ਹੈ ਖਾਸ ਕਰਕੇ ਉਹ ਸਰਕਾਰ ਦੀਆਂ ਹੱਦਾਂ ਅੰਦਰ ਇਹ ਸਾਧਨ ਵਰਤਿਆ ਜਾਣਾ ਸੰਭਵ ਨਹੀਂ ਹੈ। ਕਟੋੜ ਮੈਨੂੰ ਸਮਝ ਨਹੀਂ ਪੈਂਦਾ ਕਿ ਕਿਵੇਂ ਵਰਤਿਆ ਜਾ ਸਕਦਾ। ਦੂਜਾ ਇਹ ਸਾਧਨ ਵਰਤਣ ਲਈ ਜੋ ਤਰੀਕਾ ਤੇ ਜੋ ਸ਼ਰਤਾਂ ਹੁੰਦੀਆਂ ਨੇ ਸਿੱਖੋ ਦੇ ਵਿੱਚ ਸਮਾ ਨਹੀਂ ਸਕਦੇ। ਸਿੱਖਾਂ ਦਾ ਇਤਿਹਾਸ ਸਿੱਖਾਂ ਦਾ ਧਰਮ ਇਹ ਕਹਿੰਦਾ ਨਹੀਂ ਹੈ। ਸਾਨੂੰ ਆਪਣੀ ਗੱਲ ਕਹਿਣ ਲਈ ਝੂਠ ਦਾ ਨਕਲ ਦਾ ਆਸਰਾ ਲੈਣ ਦੀ ਆਗਿਆ ਨਹੀਂ ਹੈ ਇਹ ਦੋ ਗੱਲਾਂ ਕਰਕੇ ਇਹੜਾ ਤਾਕਤਵਰ ਸਾਧਨ ਸਾਡੇ ਲਈ ਵਰਦਾਨ ਸੰਭਵ ਨਹੀਂ ਹੈ ਸਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਬਹੁਤ ਸਪਸ਼ਟ ਚੁਪ ਤੇ ਇਹਦੂ ਅਗਲੀ ਗੱਲ ਸਾਡੇ ਲਈ ਖਤਰਾ ਕਿਵੇਂ ਹੋ ਸਕਦਾ ਇਹ ਜ਼ਰੂਰ ਵਿਚਾਰਨ ਵਾਲੀ ਗੱਲ ਹੈ ਕਿਹੜਾ ਸਾਧਨ ਤਾਕਤਵਰ ਹੈ ਜਿਹੜਾ ਸਰਕਾਰਾਂ ਦੇ ਹੱਥ 'ਚ ਹੈ ਇਹੜਾ ਵਪਾਰੀਆਂ ਦੇ ਹੱਥ 'ਚ ਹੈ ਤੇ ਤਿੰਨ ਗੱਲਾਂ ਨਾਲ ਕੇ ਸਾਡੇ ਲਈ ਸੋਚਣ ਵਾਲਾ ਮਸਲਾ ਲੈ ਕੇ ਆਉਂਦੀਆਂ ਨੇ ਜਿੱਥੇ ਤੱਕ ਸਰਕਾਰਾਂ ਸਾਨੂੰ ਹਥਿਆਰ ਨਾ ਖਤਮ ਕਰਦੀਆਂ ਨੇ ਉਹ ਸਾਡੇ ਕੋਲੇ ਤਿੰਨ ਤਜਰਬੇ ਹੋ ਗਏ ਨੇ ਮੁਗਲਾਂ ਦਾ ਅੰਗਰੇਜ਼ਾਂ ਦਾ ਹੁਣ ਦੀ ਹਕੂਮਤ ਦਾ ਠੀਕ ਮਸਲਾ ਇਹ ਹੈ ਕਿ ਜਿਹੜਾ ਇਹ ਸਾਧਨ ਆਇਆ ਹੁਣ ਬਿਜਲੀ ਨਾਲ ਚੱਲਣ ਵਾਲੀ ਤਕਨੀਕ ਵਾਲਾ ਇਹਦਾ ਆਹੜਾ ਮੁਕਾਬਲਾ ਉਹ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਔਰ ਇਹਦਾ ਫਰਕ ਇਹ ਹੈ ਕਿ ਇਹ ਨੂੰ ਸ਼ਸਤਰ ਨਹੀਂ ਸਮਝਿਆ ਜਾ ਰਿਹਾ ਠੀਕ ਇਹਦੇ ਬਾਰੇ ਸਾਡੇ ਬੰਦੇ ਬਹੁਤ ਭੁਲੇਖੇ ਚ ਨੇ ਉਹਨਾਂ ਨੂੰ ਲੱਗਦਾ ਵੀ ਜਿਵੇਂ ਤਲਵਾਰ ਹੈ ਜਿਵੇਂ ਬੰਦੂਖ ਹੈ ਜਿਹਦੇ ਹੱਥ ਚ ਉਹ ਹੀ ਵਰਤ ਸਕਦਾ ਵੀ ਉਹ ਓਨੀ ਆਜ਼ਾਦੀ ਸਮਝਦੇ ਆ ਇਹਦੇ ਬਾਰੇ ਚ ਪਰ ਐਵੇਂ ਨਹੀਂ ਹੈਗਾ ਇਹ ਨਿੱਜੀ ਤੇ ਆਜ਼ਾਦ ਸਾਧਨ ਨਹੀਂ ਹੈ ਠੀਕ ਹੈ ਇਹ ਇੱਕ ਹਕੂਮਤ ਦੀ ਇੱਕ ਬਾਜ਼ਾਰ ਦੀ ਤੈਸ਼ ਹੁਦਾ ਜਾਇਦਾਦ ਆdak ਤਰਾਂ ਦੀ ਤਰੀਕਾ ਹੈ ਉਹਨਾਂ ਦਾ ਵੀ ਉਹਨਾਂ ਦੇ ਕੰਮ ਹੀ ਆ ਸਕਦਾ ਹੈ ਤਾਂ ਜੋ ਇਹ ਸਿਨੇਮਾ ਆ ਇਹ ਪਰਦਾ ਆ ਇਹ ਰੰਗ ਨੇ ਜਿਹੜੇ ਇਹ ਸ਼ੀਸ਼ਾ ਹੈ ਇਹ ਲੋਕਾਂ ਦੇ ਮਨਾਂ ਦੇ ਉੱਤੇ ਕਿਵੇਂ ਦਾ ਪ੍ਰਭਾਵ ਪਾਉਂਦਾ ਹੈ ਲੋਕਾਂ ਦੀ ਕਿਵੇਂ ਦੀ ਬਿਰਤੀ ਦੀ ਉਸਾਰੀ ਕਰਦਾ ਲੋਕਾਂ ਦੇ ਮਨਾਂ ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਜਿੰਨਾ ਅਸੀਂ ਸੋਚ ਸਕਦੇ ਹਾਂ ਉਸ ਤੋਂ ਵੱਧ ਪਾਉਂਦਾ ਠੀਕ ਸ਼ਾਇਦ ਆਪਾਂ ਇਹਨੂੰ ਪੂਰਾ ਜਾਣ ਵੀ ਨਹੀਂ ਸਕਦੇ ਲੋਕਾਂ ਦੇ ਕਰਦਾਰ ਦੀ ਉਹ ਸਾਰੀ ਕਿਦਾਂ ਦੀ ਕਰਦਾ ਲਗਭਗ ਜਿੱਦਾਂ ਦਾ ਉਹਨੂੰ ਬਣਾਉਣ ਚਲਾਉਣ ਵਾਲੇ ਚਾਹੁੰਦੇ ਨੇ ਉਹਦੀ ਕਾਫੀ ਹੱਦ ਤੱਕ ਪੂਰਤੀ ਕਰਦਾ ਜਿਹਦੀ ਲੋੜ ਤਾਂ ਵੱਧ ਰਹੀ ਹੈ ਕਿ ਮਨੁੱਖ ਦਾ ਜਿਹੜਾ ਸੁਭਾਅ ਹੈ ਉਹ ਕਦੇ ਵੀ ਕਿਸੇ ਰੂਪ ਵਿੱਚ ਬਸ ਨਹੀਂ ਆਉਂਦਾ ਠੀਕ ਹੈ ਉਹਦੇ ਕਰਕੇ ਲੋੜ ਇਹ ਵਧੀ ਜਾਂਦੀ ਹੈ ਲੋਕਾਂ ਦੇ ਉੱਤੇ ਅਸਰ ਪਾਉਣ ਲਈ ਪਰ ਇੰਨੀ ਗੱਲ ਜ਼ਰੂਰ ਪਤਾ ਹੋਣੀ ਚਾਹੀਦੀ ਕਿ ਸੱਚ ਦਾ ਜਿਹੜਾ ਫਲਾ ਹੈ ਉਹ ਅਮਲ ਚ ਹੈ ਜੋ ਧਰਮ ਦਾ ਫਲਾ ਹੈ ਉਹ ਅਮਲ ਚ ਹੈ ਤੇ ਉਹਦੀ ਇੱਕ ਮਰਜ਼ਾਦਾ ਹੈ ਉਹ ਹੈ ਅਸਲੀ ਜ਼ਿੰਦਗੀ ਜੀਣ ਦੀ ਜਿਹੜੇ ਦ੍ਰਿਸ਼ ਬੰਦੇ ਦੀਆਂ ਅੱਖਾਂ ਦੇਖਦੀਆਂ ਨੇ ਹਾਂ ਤਕਨੀਕ ਇੰਨੀ ਵੱਡੀ ਹੋ ਗਈ ਹੈ ਕਿ ਸਾਡੀ ਅੱਖ ਤੋਂ ਦਿਸਦਾ ਹੋਇਆ ਦ੍ਰਿਸ਼ ਜਿਹੜਾ ਇਹਦੇ ਨਾਲੋਂ ਜ਼ਿਆਦਾ ਬਿੱਤ ਦ੍ਰਿਸ਼ ਸ਼ੀਸ਼ੇ ਦੇ ਬਣਾਇਆ ਜਾ ਸਕਦਾ ਹੈ ਇਹਦੇ ਕਰਕੇ ਬੰਦੇ ਨੂੰ ਅਸਲੀਅਤੋਂ ਇੰਨਾ ਦੂਰ ਲਿਜਾਇਆ ਜਾ ਸਕਦਾ ਕਿ ਬੰਦੇ ਨੂੰ ਲੱਗੇ ਛੱਡ ਅਸਲੀਅਤ ਨੂੰ ਕੀ ਆਪਾਂ ਇਹਦੇ ਵਿੱਚ ਜਾਉਂਦੇ ਆ। ਤੁਸੀਂ ਦੇਖਿਆ ਹੋਣਾ ਸੀਸੀ ਤੇ ਲਿਖਿਆ ਹੁੰਦਾ ਵੀ ਇਹਦੇ ਕਿੰਨੇ ਰੰਗ ਨੇ। ਹੈਨਾ? 1.5 ਲੱਖ ਲਿਖੀ। ਤੇ ਬੰਦੇ ਦੀ ਅੱਖ ਦੇਖ ਸਕਦੀ ਹੈ 4-500। ਹੁਣ ਆਪੇ ਫਰਕ ਸਮਝ ਲੈ। ਕਿ ਰੰਗ ਕਿੰਨਾ ਅਸਰ ਪਾ ਸਕਦੇ। ਜਿਵੇਂ ਤੁਸੀਂ ਕਿਹਾ ਕਿ ਇਹ ਸਿੱਖਾਂ ਦਾ ਸਾਧਨ ਨਹੀਂ ਆ। ਸਿੱਖ ਸਿਧਾਂਤਾਂ ਦੇ ਅਨੁਸਾਰ ਸਿਨੇਮਾ ਸਿੱਖ ਸਿਧਾਂਤਾਂ ਦੇ ਅਨੁਸਾਰ ਕਿਵੇਂ ਉਲਟਾ ਸਿੱਖਾਂ ਦੇ। ਕੀ ਉਲਟ ਕਰ ਰਿਹਾ। ਦੋ ਗੱਲਾਂ ਵੀਰੇ। ਸਾਨੂੰ ਨਕਲ ਦੀ ਆਗਿਆ ਨਹੀਂ ਹੈ। ਸਾਨੂੰ ਝੂਠ ਦੀ ਆਗਿਆ ਨਹੀਂ ਹੈ ਨਕਲ ਦੇ ਝੂਠ ਬਿਨਾਂ ਸਿਨੇਮਾ ਹੋਰ ਕੀਤੀ ਦੀਜੀਏ ਸਿਨੇਮਾ ਜ ਕੁਝ ਹੋਰ ਤੀਜਾ ਹੈ ਨਕਲ ਝੂਠ ਹੈ ਠੀਕ ਹੈ ਸਿੱਖਾਂ ਦੇ ਕੀ ਦੁਨੀਆ ਦੇ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਦੁਨੀਆ ਦੇ ਧਰਮ ਗ੍ਰੰਥ ਤੁਹਾਨੂੰ ਕਹਿੰਦਾ ਹੋ ਝੂਠ ਬੋਲੋ ਘਟਵੜ ਤਾਂ ਰੰਭਾ ਕੋ ਤਾਂ ਨਹੀਂ ਹੈ ਹਾਂ ਦੁਨੀਆ ਜੇ ਦੋ ਹੀ ਤਰੀਕਿਆਂ ਨਾਲ ਝੂਠ ਬੋਲਣ ਦੀ ਪ੍ਰਵਾਨਗੀ ਇੱਕ ਰਾਜਨੀਤੀ ਵਜੋਂ ਦੋ ਜੀ ਬਪਾਰ ਵਜਾ ਠੀਕ ਸਿਨੇਮਾ ਉਹਨਾਂ ਲਈ ਤਾਕਤਵਰ ਸਾਧਨ ਹੈ ਤੇ ਰਹੂ ਵੀ ਉਹਨਾਂ ਲਈ ਕੱਲਾ ਸਿਨੇਮਾ ਨਹੀਂ ਸਾਰੇ ਜੋ ਅੱਜਕੱਲ੍ਹ ਜਿਹਨੂੰ ਅਸੀਂ ਇਹ ਕਹਿੰਦੇ ਆ ਵੀ ਲੋਕਾਂ ਨੂੰ ਲੱਗਦਾ ਹੈ ਬਿਜਲ ਸਾਥ ਸਾਡੀ ਜਿਹੜਾ ਸੋਸ਼ਲ ਮੀਡੀਆ ਸ਼ਾਇਰ ਆਜ਼ਾਦੀ ਹੈ ਉਹ ਵੀ ਬਖਾਵੇ ਦੀ ਹੈਗੀ ਉਹ ਲੋਕਾਂ ਨੂੰ ਨਿੱਜੀ ਰੂਪ ਦੇ ਕੁਝ ਕਾਰਨ ਤੋਂ ਰੋਕਣ ਲਈ ਹੈ ਜਦੋਂ ਲੋਕਾਂ ਦੀਆਂ ਪਰੰਪਰਾਵਾਂ ਟੁੱਟ ਗਈਆਂ ਲੋਕ ਇਹਦੇ ਨਾਲ ਜੁੜ ਗਏ ਉਹ ਉਹ ਵੀ ਖੋਲਣੀ ਹੈ ਇਹ ਪਿੰਜਰੇ 'ਚ ਲੱਗੀ ਹੋਈ ਬੁਰਕੀ ਐ ਬੜੋ ਸਹੀ ਕੜਕਾ ਬੰਦ ਹੋਣ ਦਿਓ ਪਿੰਜਰਾ ਬੰਦ ਹੋਣ ਦਿਓ ਇਹ ਬੁਰਕੀ ਥੋੜ ਨੂੰ ਖਾਣ ਵੀ ਹੁੰਦੀ ਨਹੀਂ ਉਹਨਾਂ ਨੇ ਠੀਕ ਇਸ ਕਰਕੇ ਇਹ ਪੂਰਾ ਸਪਸ਼ਟ ਚਾਹੀਦਾ ਸਾਨੂੰ ਇਹਨਾਂ ਸਾਧਨਾਂ ਦੇ ਮਕਬੂਲ ਹੋਣ ਦਾ ਕਾਰਨ ਕੀ ਐ ਕਿ ਇਸ ਦੇ ਪਿੱਛੇ ਕੋਈ ਸਾਡੀਆਂ ਕਮੀਆਂ ਨੇ ਪ੍ਰਚਾਰ ਪ੍ਰਸਾਰ ਜਿਵੇਂ ਚਲੋ ਪ੍ਰਚਾਰ ਪ੍ਰਸਾਰ ਦੀ ਅੱਜ ਜਿਵੇਂ ਗੱਲ ਕਰਦੇ ਆਂ ਤਾਂ ਉਸ ਦੀਆਂ ਕਮੀਆਂ ਰਹਿ ਗਈਆਂ ਮਾਪਿਆਂ ਦੀਆਂ ਕਮੀਆਂ ਰਹਿ ਗਈਆਂ ਸਾਡੇ ਕਿਸੇ ਢਾਂਚੇ ਦੇ ਵਿੱਚ ਕੋਈ ਕਮੀ ਰਹਿ ਗਈ ਜਿਹੜੇ ਇਹ ਸਾਧਨ ਹੁਣ ਮਕਬੂਲ ਹੁੰਦੇ ਜਾ ਰਹੇ ਤੇ ਪਹਿਲੀ ਗੱਲ ਤੋਂ ਸਦੀਆਂ ਪੁਰਾਣੀ ਹੈ ਨਾ ਕਿ ਅੱਖੀਆਂ ਦੇਖਣਾ ਰੱਜੀਆਂ ਪਹਿਲੀ ਦਾ ਮਨੁੱਖ ਦੀ ਉਹ ਉਹ ਦੇ ਕਰਕੇ ਦੂਜਾ ਹੁਣ ਮੰਨ ਲਓ ਮੈਂ ਇੱਥੇ ਬੈਠਾ ਤਾਂ ਮੈਂ ਇੱਕ ਆੜ ਜੋ ਕੁਝ ਦਸ਼ ਦੇਖ ਰਿਹਾ ਇਹਦੀ ਇੱਕ ਸੀਮਾ ਹੈ ਠੀਕ ਇਹ ਜਿਹੜੀ ਬੰਦਾ ਇਹ ਸੀਮਾ ਤੋਂ ਮੁਕਤ ਹੁੰਦਾ ਜਿੱਥੇ ਮੈਂ ਬੈਠਾ ਮੈਂ ਉਥੇ ਤੋਂ ਬਿਨਾ ਹੋਰ ਥਾਂ ਦਾ ਦ੍ਰਿਸ਼ ਦੇਖ ਸਕਦਾ ਠੀਕ ਦੂਜਾ ਮੈਂ ਹੁਣ ਇੱਥੇ ਬੈਠਾ ਤਾਂ ਮੈਂ ਹੁਣ ਦਾ ਦ੍ਰਿਸ਼ ਦੇਖ ਸਕਦਾ ਜੇ ਸ਼ਾਮ ਹੋ ਗਈ ਤਾਂ ਸ਼ਾਮ ਦਾ ਇਹਦੇ ਅਸੀਂ ਬੰਦਾ ਸ਼ਾਮ ਨੂੰ ਸਵੇਰ ਦਾ ਦ੍ਰਿਸ਼ ਦੇਖ ਸਕਦਾ ਜਿਹੜੀਆਂ ਥਾਂ ਦੀ ਸਮੇਂ ਦੀ ਇੱਕ ਵਿੱਥ ਹੈ ਇੱਕ ਸੀਮਾ ਬੰਦਾ ਇਸ ਭਰਮ ਵਿੱਚ ਹੋ ਜਾਂਦਾ ਕਿ ਮੈਂ ਉਹਨੂੰ ਉਲੰਘ ਲਿਆ ਜਿਹੜੀ ਅਮਰਤ ਹੈ ਕਿ ਮੈਂ ਨਾ ਮਰਾਂ ਜਿਹੜੀ ਇਹਦਾ ਅਗਲਾ ਹਿੱਸਾ ਕਿ ਮੈਂ ਇੱਕ ਤੋਂ ਵੱਧ ਵਾਰ ਜੀਵਾਂ ਇਹ ਦੋ ਗੱਲਾਂ ਜੜੀਆਂ ਇਹਦੇ ਕਰਕੇ ਇਹਦਾ ਫੈਲਾਅ ਵੱਧਾ ਬਾਕੀ ਸਰਕਾਰਾਂ ਦਾ ਹਿੱਸਾ ਵੀ ਹੋਊ ਵਪਾਰੀਆਂ ਦਾ ਵੀ ਹੋਊਗਾ ਜਿਹੜੇ ਬੁਰਾ ਸੋਚਦੇ ਉਹਨਾਂ ਦਾ ਵੀ ਹੋਊਗਾ ਸਾਰੇ ਭਾਂਦਿਆਂ ਦਾ ਹੋਊਗਾ ਬੁਨਿਆਦੀ ਗੱਲ ਇੱਥੇ ਪਈ ਹੈ ਕਿ ਮਨੁੱਖ ਸਦੀਆਂ ਤੋਂ ਅਮਰਤ ਲੱਭਦਾ ਕਦੇ ਕਦੇ ਰਸਾਇਣ ਲੱਭਦਾ ਆ ਹੁਣ ਪਿੱਛੇ ਮੈਨੂੰ ਪਤਾ ਲੱਗਿਆ ਇੱਕ ਪੀ ਕਈ 100 ਕਰੋੜ ਰੁਪਇਆ ਜੱਤਾ ਲੜ ਕੇ ਕਈ ਭਾਈਆਂ ਨੇ ਇੱਕ ਬੰਦਾ ਖੋਜ ਕਰ ਰਿਆ ਕਿ ਮਰਨ ਤੋਂ ਬਾਅਦ ਕਿਵੇਂ ਜਾਂਦੇ ਹੋਈਏ ਬਾਕਾਇਦਾ ਇੱਕ ਮਰਦਾ ਘਰ ਖੁੱਲਿਆ ਲੋਕ ਆਪਣੀਆਂ ਉੱਥੇ ਲੋਥਾਂ ਜਮਾ ਕਰਾ ਰਹੇ ਨੇ ਪੈਸੇ ਦੇ ਕੇ ਕਿ ਮੈਨੂੰ 40 ਸਾਲਾਂ ਵਾਸਤੇ ਮੇਰੀ ਲੋਥ ਰੱਖੀ ਜਾਵੇ 100 ਸਾਲ ਤੱਕ ਦੀ ਮਿਆਦ ਰੱਖੀ ਹੋਈ ਉਹਨਾਂ ਨੇ ਠੀਕ ਬੰਦੇ ਅਮਰਤਾ ਲੱਭ ਰਹੇ ਨੇ ਇਹੜਾ ਆ ਦ੍ਰਿਸ਼ ਪੈਦਾ ਕਰਿਆ ਜਾ ਰਿਹਾ ਹੈ ਇਹ ਉਹਦਾ ਹਿੱਸਾ ਹੈ ਕਿ ਇੱਕ ਤੋਂ ਵੱਧ ਵਾਰ ਜੀ ਲਈਏ ਜਿੰਨੀ ਕਿ ਹੈਗੀ ਹੈ ਅਮਰਤ ਨਹੀਂ ਹੋ ਸਕਦੇ ਚਲੋ ਥੋੜਾ ਜਿਹਾ ਹਿੱਸੇ ਨੂੰ ਦੋ ਵਾਰ ਜਿਉਂ ਲੋ ਆਪ ਜੀ ਦੀ ਤਸਵੀਰ ਨੂੰ ਮੁੰਮੰਟ ਕੇ ਲਿਖੀ ਜਾਓ ਤੇ ਇਹ ਦੋਨਾਂ ਕਾਰਨਾਂ ਕਰਕੇ ਇਹ ਤਕਨੀਕ ਦਾ ਅਸਰ ਬਦਲ ਰਿਹਾ ਤੇ ਹਾਲ ਇਹ ਸੰਭਾਵਨਾ ਹੈ ਜਿਵੇਂ ਦਾ ਦੁਨੀਆ ਦਾ ਪ੍ਰਬੰਧ ਚੱਲਦਾ ਵੀ ਇਹ ਹੋਰ ਬਦਲਣਾ ਜਿਵੇਂ ਦੀ ਰਫਤਾਰ ਹੈ ਉਸ ਹਿਸਾਬ ਨਾਲ ਲੱਗਦਾ ਹੈ ਕਿ ਲੋਕੀਂ ਅਸਲ ਜ਼ਿੰਦਗੀ ਨਾਲੋਂ ਸੀਸੇ ਵੇਲੇ ਜ਼ਿੰਦਗੀ ਨੂੰ ਜਾਉਣਾ ਬੇਤ ਸਮਝਣ ਲੱਗ ਗਏ ਨੇ ਹਜੇ ਸਾਡੇ ਤੋਂ ਵੱਡੇ ਹੋਣ ਤੋਂ ਬਾਅਦ ਇਹ ਕੰਮ ਆਇਆ ਜਿਹੜੇ ਹੁਣ ਇਹਦੇ ਹੁੰਦਿਆਂ ਜੰਮੇ ਨੇ ਉਹਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ ਉਹਦੇ ਬਾਰੇ ਕੁਝ ਕੁ ਅੰਦਾਜ਼ੇ ਆ ਗਏ ਨੇ ਕਿ ਬੱਚਾ ਨੂੰ ਸੁਪਨਾ ਸੋਚਣਾ ਦੇਖਣਾ ਤੇ ਇਹਦੇ ਦੇਖਣਾ ਉਹਦਾ ਫਰਕ ਮਿਟੀ ਜਾਂਦਾ ਵੀ ਅਸਲ ਜ਼ਿੰਦਗੀ ਕੀ ਆ ਰਾਤੀ ਸੁਪਨਾ ਆਇਆ ਸੀ ਕਿ ਮੈਂ ਸੋਚਿਆ ਸੀਗਾ ਉਹਦਾ ਫਰਕ ਘਟੀ ਜਾਂਦਾ ਜਿਹੜਾ ਧਰਮ ਇਤਿਹਾਸ ਸਿਖਾਉਣ ਦੀ ਗੱਲ ਹੈ ਨਾ ਉਹਦਾ ਮਾਨੇ ਉੱਡ ਜਾਣੇ ਵਿੱਚੋਂ ਉਹ ਸਾਡੇ ਵਰਗਿਆਂ ਦੇਕਰੀ ਐ ਜਿਹੜੇ ਇਹਦੇ ਤੋਂ ਪਹਿਲਾਂ ਜੰਮੇ ਸੀ 10-12 ਸਾਲਾਂ ਦੇਕਰ ਸੱਚ ਝੂਠ ਨੂੰ ਕੋਈ ਮੰਨੂਗਾ ਨਹੀਂ ਫਰਕ ਨੂੰ ਇਹ ਜਿਹੜਾ ਪੈਦਾ ਹੋ ਰਿਹਾ ਉਹਦੇ ਨੂੰ ਦੋ ਚੀਜ਼ਾਂ ਪੈਦਾ ਹੋ ਰਹੀਆਂ ਮਸ਼ਹੂਰੀ ਦਾ ਤੇ ਘੱਟ ਮਸ਼ਹੂਰੀ ਦਾ ਮਾਪਦੰਡ ਠੀਕ ਐ ਨਾ ਦੂਜਾ ਹੈ ਗਿਣਤੀ ਦਾ ਉਹ ਤਾਂ ਵੀ ਕੌਣ ਮਸ਼ਹੂਰ ਹੈ ਦੂਜਾ ਕੀ ਪ੍ਰਬਾਨ ਕੀ ਇਹਦੇ ਵਿੱਚ ਸੱਚ ਝੂਠ ਦੀ ਰੋਲਾ ਨਹੀਂ ਹੈਗਾ ਚੰਗੇ ਮਾਨ ਦਾ ਰੌਲਾ ਵੀ ਨਹੀਂ ਹੈਗਾ। ਠੀਕ। ਤਾਂ ਉਧਰ ਨੂੰ ਜੇ ਦੀ ਗੱਲ ਵਧੀ ਜਾਂਦੀ ਹੈ। ਉਹਦੇ ਨਾਲ ਧਰਮ ਇਤਿਹਾਸ ਦੇ ਮਾਨੇ ਖਤਮ ਹੋ ਰਹੇ ਨੇ। ਫਲਾਤ ਆ ਬਹੁਤ ਦੂਰ ਦੀ ਗੱਲ ਹੈ ਜੀ। ਠੀਕ। ਮਨੁੱਖ ਦੀਆਂ ਜਿੰਨੀਆਂ ਵੀ ਮਾਨਤਾਮਨ ਜ਼ਿੰਦਗੀਆਂ ਆ ਮਾਨ ਵਾਲੀ ਗੱਲ ਹੈ, ਆ ਵਹਿਤਰ ਗੱਲ ਹੈ। ਉਹ ਸਭ ਦੇ ਪਰਖ 'ਚ ਉਡੀ ਜਾਂਦੇ ਨੇ। ਠੀਕ। ਕੁਝ ਬੰਦੇ ਕਹਿਣ ਲੱਗੇ ਨੇ ਕਿ ਸੱਚ ਹੀਣ ਜੋਗ ਸ਼ੁਰੂ ਹੋ ਗਿਆ। ਤੁਸੀਂ ਕਿਸੇ ਦਾ ਝੂਠ ਪੜ ਲਓ ਨਾ ਬੰਦਾ ਸ਼ਰਮੀ ਨਹੀਂ ਮੰਨਦਾ। ਤੇ ਲੋਕ ਵਿਰੋਧ ਵੀ ਨਹੀਂ ਕਰਦੇ ਹਾਂ। ਬਲਕਿ ਨਾ ਸਿਰਫ ਇੱਕ ਮਿਸਾਲ ਦਿੰਨਾ ਹੈ ਕਿ ਦੁਨੀਆ 'ਚ ਕਈ ਮੁਲਕਾਂ 'ਚ ਬੰਦੇ ਦਾ ਜੰਮਣ ਕਰਾਇ ਤੇ ਹੋ ਗਿਆ। ਕਿਤੇ ਵਿਰੋਧ ਨਹੀਂ ਹੋਇਆ। ਕਿਸੇ ਥਾਂ ਵੀ ਸਰਕਾਰਾਂ ਨੂੰ ਕਦਮ ਪਿੱਛੇ ਨਹੀਂ ਲੈਣਾ ਪਿਆ। ਜਦੋਂ ਇਹ ਹਾਲਤ ਹੈ ਉਥੇ ਧਰਮ ਇਤਿਹਾਸ ਦਾ ਫਲਾ ਕਿਸ ਹਿਸਾਬ ਨਾਲ ਕਰੋਗੇ ਇਸ ਤਰੀਕੇ ਚ ਇਹ ਪ੍ਰਬੰਧ ਕੀ ਇਹਦੇ ਕਰਕੇ ਮਿਲੀ ਹੈ ਕਿ 100 ਸਾਲ ਤੋਂ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਜਿਹੜੇ ਰਿਸ਼ਤੇ ਹੈ ਇਹ ਐਵੇਂ ਕਿਵੇਂ ਹੁੰਦੇ ਨੇ ਠੀਕ ਹੁਣ ਰੌਲਾ ਪਈ ਜਾਂਦੇ ਕੁਝ ਮੁਲਕਾਂ ਦੇ ਵਿੱਚ ਬਿਜਵਾਕਾਂ ਨੂੰ ਪੜਾਇਆ ਜਾ ਰਿਹਾ ਵੀ ਨਾ ਬੰਦਾ ਹੁੰਦਾ ਨਾ ਧੀਵੀ ਹੁੰਦਾ ਤੁਸੀਂ ਜਾਨਵਰ ਵੀ ਹੋ ਸਕਦੇ ਹੋ ਤੁਸੀਂ ਕੁਝ ਵੀ ਬਣ ਸਕਦੇ ਹੋ ਤੁਹਾਡੀ ਮਰਜ਼ੀ ਨਮਕ ਕਾਨੂੰਨ ਆ ਗਿਆ ਤਾਂ ਤੇ ਸਾਡੇ ਵੀ ਕਾਨੂੰਨ ਆਇਆ ਲੈ ਇੱਥੇ ਜਿੰਨੇ ਜੰਨੇ ਅਸੀਂ ਇਹਦੇ ਘੇਰੇ ਚ ਆਈ ਜਾਵਾਂਗੇ ਉਹ ਆਪਣੀ ਮਾਨਤਾ ਛੱਡ ਕੇ ਸਿੱਖਣ ਦੀ ਅਸੀਂ ਇਹਦੇ ਮੁਤਾਬਕ ਜੀਣਾ ਸ਼ੁਰੂ ਕਰਾਂਗੇ ਠੀਕ ਹਾਲ ਦੀ ਘੜੀ ਇੱਕ ਸੰਭਾਵਨਾ ਹੈ ਕਿ ਦੁਨੀਆ 'ਚ ਲੋਕ ਆਪਣੇ ਤਰੀਕੇ ਨਾਲ ਜ਼ਿੰਦਗੀ ਸਮਝਣ ਜਿਉਂ ਲੈਣ ਮੰਡੀ ਦੀਆਂ ਸ਼ਰਤਾਂ ਤੋਂ ਬਿਨਾਂ ਅਗਲੀ ਪੀੜੀ ਬਾਅਦ ਇਹ ਸੰਭਾਵਨਾ ਘਟ ਜਾਣੀ ਸ਼ਾਇਦ ਕਿ ਫਿਲਮਾਂ ਨੂੰ ਆਧੁਨਿਕ ਬੁੱਤਪ੍ਰਸਤੀ ਮੰਨਿਆ ਜਾ ਸਕਦਾ ਉਦੋਂ ਵੱਧ ਹੈ ਪੁੱਤ ਪ੍ਰਸਤੀ ਜਿਹੜੀ ਪਹਿਲਾਂ ਵਾਲੇ ਸਮਿਆਂ ਸੀਗੀ ਉਹ ਇਹਦੇ ਸਾਹਮਣੇ ਛੋਟੀ ਸੀ ਬੰਦਿਆਂ ਦਾ ਬੁੱਧ ਤੇ ਯਕੀਨ ਸੀ ਰੱਬ ਵਰਗਾ ਠੀਕ ਜੋ ਹੁਣ ਇਹ ਹੈ ਇਹ ਭੋਗਣ ਹੈ ਬੰਦੇ ਦੀ ਕਿਸੇ ਨਾਲ ਵੀ ਵਫਾ ਨਹੀਂ ਹੈ ਬੰਦੇ ਦੀ ਕਿਸੇ ਨਾਲ ਵੀ ਵਫਾ ਨਹੀਂ ਹੈ ਬੁੱਤ ਪੂਜਣ ਵਾਲਾ ਬੁੱਤ ਨੂੰ ਰੱਬ ਦਾ ਮੰਨਦਾ ਸੀ ਉਹਦੇ ਉਹਦੇ ਪੈਰ ਤਾਂ ਨਹੀਂ ਧਰਦਾ ਸੀ ਠੀਕ ਹੈ ਨਾ ਹੁਣ ਉਹ ਨਹੀਂ ਹੈ ਇਹ ਬੁੱਤ ਪラスਤੀ ਨਾਲੋਂ ਕਈ ਗੁਣਾ ਜ਼ਿਆਦਾ ਮਤਲਬ ਇਹਨੂੰ ਛੋੜਾ ਦਰਜਾ ਦਾ ਕੋਟਾ ਕੋਟ ਮੈਨੂੰ ਇਦਾਂ ਲੱਗਦਾ ਇਹਨੇ ਬੰਦੇ ਦਾ ਕੋਈ ਪੱਦਰ ਰਹਿਣ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਸੱਚ ਤੇ ਝੂਠ ਦਾ ਫਰਕ ਮਿਟ ਜਾਂਦਾ ਧਰਮ ਤੇ ਇਤਿਹਾਸ ਦੀ ਜਿਹੜੀ ਪਵਿੱਤਰਤਾ ਹੈ ਜਿਹੜਾ ਸਤਕਾਰ ਹੈ ਉਹ ਠੱਠੇ ਜਿ ਬਦਲ ਜਾਂਦਾ ਹੈ ਬੰਦੇ ਦਾ ਜ਼ਿੰਦਗੀ ਜੀਣ ਦਾ ਉਦਮ ਦਾ ਹਿੱਸਾ ਉਹ ਵੀ ਆ ਲੱਗਦਾ ਜਿਵੇਂ ਮਨੋਰੰਜਨ ਕਰੋ ਬਸ ਨਜ਼ਾਰਾ ਆਈ ਜਾਵੇ ਬਸ ਠੀਕ ਤੇ ਘਾ ਨਜ਼ਾਰੇ ਦੇ ਮਾਣੇ ਫਿਰ ਇੱਥੋਂ ਵੱਜਦੇ ਨੇ ਦੁਨੀਆ ਦੀਆਂ ਜਿੰਨੀਆਂ ਵੀ ਵਖਰੇਤਾਵਾਂ ਨੇ ਜਿੰਨਾ ਲੋਕਾਂ ਕੋਲੇ ਪੁਰਾਣਾ ਮਾਣ ਸੀ ਕਿਰਤ ਦਾ ਲੋਕਾਂ ਦੇ ਭਲੇ ਦਾ ਸਭ ਦਾ ਕੂੜਾ ਹੋ ਹੀ ਜਾਂਦਾ ਠੀਕ ਇਸ ਕਰਕੇ ਇਹ ਬੋਤਪਰਾਤੀ ਤੋਂ ਬਹੁਤ ਅਗਲੀ ਚੀਜ਼ ਹੈ ਭਾਵੇਂ ਲੋਕਾਂ ਨੇ ਹਟਣਾ ਨਹੀਂ ਹੈ ਪਰ ਘਟੋ ਘਟ ਇਨਸਾਫ ਦਿਸਦਾ ਬਹੁਤ ਆਤ ਦੇ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਸਿੱਖ ਗੁਰੂਆਂ ਦੇ ਕਿਰਦਾਰ ਨਹੀਂ ਨਿਭਾਉਣੇ ਚਾਹੀਦੇ ਇਤਿਹਾਸ ਦੇ ਉੱਤੇ ਪ੍ਰਾਤਨ ਅਤੇ ਅਜੋਕੇ ਇਤਿਹਾਸ ਦੇ ਉੱਤੇ ਫਿਲਮਾਂ ਬਣ ਜਾਣੀਆਂ ਚਾਹੀਦੀਆਂ ਨੇ ਕੋਈ ਸੀਮਾ ਹੋਣੀ ਚਾਹੀਦੀ ਹੈ ਕਿ ਧਰਮ ਦੇ ਵਿੱਚ ਸਿਨੇਮਾ ਇੱਥੇ ਤੱਕ ਆ ਸਕਦਾ ਹੈ ਇਸ ਤੋਂ ਅੱਗੇ ਨਹੀਂ ਜਾ ਸਕਦਾ ਜ਼ਿੰਦਗੀ ਕੀ ਹੈ ਠੀਕ ਇਹ ਸਮਝੇ ਬਿਨਾ ਬਾਕੀ ਸਾਰੀਆਂ ਗੱਲਾਂ ਬੇਕਾਰ ਹੋ ਜਾਈਆਂ ਬਹੁਤ ਬੁਨਿਆਦੀ ਸਵਾਲ ਹੈ ਵੀ ਜਿਹੜਾ ਜੀਨ ਹੈ ਜਿਹੜਾ ਉਹਦੇ ਮੈਂ ਮਨ ਕਿੱਥੇ ਰੱਖ ਕੇ ਵੇਖਦਾ ਜੇ ਆਪਾਂ ਆਮ ਬੰਦੇ ਦੀ ਗੱਲ ਵੀ ਮੰਨ ਕੇ ਚੱਲਦੇ ਬੰਦੇ ਨੇ ਜੀ ਖੁਸ਼ ਰਹਿਣਾ ਬੰਦੇ ਨੇ ਸੌਖਾ ਰਹਿਣਾ ਠੀਕ ਤਦ ਵੀ ਇਹ ਤਾਂ ਦੇਖਣਾ ਬਣੂਗਾ ਕਿ ਸਾਡੇ ਕੋਲੇ ਖੁਸ਼ ਰਹਿਣ ਦਾ ਸੁਖ ਰਹਿਣ ਦਾ ਮਾਪਦੰਡ ਕੀ ਹੈ ਠੀਕ ਹੈ ਨਾ ਇਹ ਫਿਲਮਾਂ ਬਣ ਜਾਣੀਆਂ ਚਾਹੀਦੀਆਂ ਕਿੰਨੀਆਂ ਬਣ ਜਾਣੀਆਂ ਚਾਹੀਦੀਆਂ ਨੇ ਇਹਦੇ ਵਿੱਚੋਂ ਅਗਲਾ ਅਹਾਂ ਜਾ ਕੇ ਬਹੁਤ ਅਗਲਾ ਸਵਾਲ ਹੈ ਕਿਉਂਕਿ ਸਾਰੇ ਜਿਹੜੇ ਪ੍ਰਚਾਰ ਹੈ ਜਿਹੜਾ ਮਨੋਰੰਜਨ ਹੈ ਉਹ ਖੁਸ਼ ਹੋਣ ਦੇ ਹਿੱਸੇ ਦੇ ਵਿੱਚ ਹੀ ਆਉਂਦਾ ਤੇ ਮਨੋਰੰਜਨ ਦੇ ਬਹੁਤ ਸਾਰੇ ਰਾਹ ਤਰੀਕੇ ਬੰਦੇ ਕੋਲ ਖੇਡਣਾ ਵੀ ਉਹਦੇ ਅੰਦਰ ਆਉਂਦਾ ਗਾਉਣਾ ਵਜਾਉਣਾ ਵੀ ਆਉਂਦਾ ਉਹਦੇ ਚ ਨਕਲਾ ਵੀ ਹੈਗੇ ਨੇ ਠੀਕ ਨਕਲਾ ਦਾ ਇੱਕ ਹਿੱਸਾ ਜਹਾਂ ਜਾ ਕੇ ਜਿਨਾਂ ਪਰ ਫਿਲਮਾਂ ਆ ਗਈਆਂ ਨੇ ਉਹ ਹੈਗਾ ਠੀਕ ਹੈ ਖੁਸ਼ ਹੋਣ ਦਾ ਮੰਨਣ ਜਾਂਦਾ ਦਾ ਮਨ ਹੈ ਉਹ ਅੱਜ ਸਾਡੇ ਸਾਹਮਣੇ ਜਿਵੇਂ ਹੈ ਉਹਨੂੰ ਵਿਚਾਰਨ ਦਾ ਮਸਲਾ ਹੈ ਲੋਕਾਂ ਤੋਂ ਬਕਾਇਦਾ ਬਿਮਾਰੀ ਵਜੋਂ ਹੱਥਾਂ 'ਚੋਂ ਸਿੱਖਿਆ ਛੁਡਵਾਇਆ ਜਾ ਰਿਹਾ ਹੈ ਇਹ ਸੱਚ ਹੈ ਸਰਕਾਰਾਂ ਨੇ ਖਾਸ ਕਰਕੇ ਸਾਡੇ ਜੰਦੇ ਬੰਦੇ ਬਹੁਤੇ ਅੱਜਕੱਲ ਕੈਨੇਡੀਆ ਅਮਰੀਕਾ ਨੂੰ ਭੱਜੇ ਜਾਂਦੇ ਨੇ ਆ ਉੱਥੇ ਦੀਆਂ ਸਰਕਾਰਾਂ ਨੇ ਵੀ ਅਖੀਰ ਨੂੰ ਕਾਨੂੰਨ ਬਣਾ ਦਿੱਤੇ ਨੇ ਵੀ ਭਾਈ ਐਦੂ ਛੋੜੇ ਜਵਾਕ ਨੂੰ ਐਦੂ ਵੱਧ ਸਮਾਂ ਵੇਖਣ ਨਾ ਦਿਓ ਠੀਕ ਤਾਂ ਉਹਦਾ ਮਤਲਬ ਹੈ ਕਿ ਭਾਈ ਸਿੱਖਣਾ ਵੀ ਮਨੋਰੰਜਨ ਵੀ ਹੱਦ ਹੋਣੀ ਚਾਹੀਦੀ ਹੈ ਪਰ ਇਹ ਇਹਦੇ ਅੰਦਰ ਕਿ ਮਨੋਰੰਜਨ ਦਾ ਮਾਨਕ ਕੀ ਹੈ ਇਹ ਸਾਨੂੰ ਸਭ ਨੂੰ ਪਤਾ ਕਿ ਅਸੀਂ ਅਖੀਰ ਨੂੰ ਖੁਸ਼ ਤਾਂ ਹੋਣਾ ਹੀ ਚਾਹੁੰਦਾ ਬੰਦਾ ਨਾ ਜੀ ਤਾਂ ਖੁਸ਼ੀ ਦਾ ਅਰਥ ਕਿੱਥੇ ਜਾ ਕੇ ਤੇ ਘਟਨਾ ਦੇ ਉੱਤੇ ਇਤਿਹਾਸਿਕ ਚਾਹੇ ਕੋਈ ਵੀ ਘਟਨਾ ਦੇ ਉੱਤੇ ਅ ਜਿਹੜੀ ਫਿਲਮ ਬਣਾਈ ਜਾ ਰਹੀ ਹੈ ਹੁਣ ਉਹ ਫਿਲਮ ਦੇ ਨਾਲ ਫੈਲਾਅ ਕਿਸ ਦਾ ਹੋਊਗਾ ਉਸ ਇਤਿਹਾਸਿਕ ਘਟਨਾ ਦਾ ਹੋਊਗਾ ਉਹ ਇਤਿਹਾਸਿਕ ਕਿਰਦਾਰਾਂ ਦਾ ਹੋਊਗਾ ਜਾਂ ਉਹਨਾਂ ਕਿਰਦਾਰਾਂ ਨੂੰ ਨਿਭਾਉਣ ਵਾਲੇ ਪਾਤਰਾਂ ਦਾ ਹੋਊਗਾ ਜਾਂ ਫਿਰ ਫਿਲਮ ਦਾ ਫੈਲਾਅ ਹੋਊਗਾ ਤਰੀਕੇ ਦਾ ਕੋਈ ਕਹਾਣੀ ਕੋਈ ਫਿਲਮ ਸਫਲ ਹੁੰਦੀ ਹੈ ਦਾ ਜਿਸ ਤਰੀਕੇ ਫੈਲਾਈ ਗਈ ਹੈ ਉਹ ਤਰੀਕੇ ਦਾ ਫੈਲਾਅ ਜੇ ਤੁਸੀਂ ਧਰਮ ਦੇ ਇਤਿਹਾਸ ਦੇ ਪਾਤਰਾਂ ਦੀ ਫਿਲਮ ਬਣਾਉਂ ਅਲਮੋਲ ਖਿਆਨਾ ਦਿਖਾਉਣਾ ਚਾਹੁੰਦੇ ਹੋ ਸਿਨੇਮੇ ਰਹੀਂ ਤਾਂ ਸਿਨੇਮੇ ਦਾ ਫੈਲਾਅ ਹੋ ਰਿਹਾ ਜਿਹੜੇ ਪਾਤਰ ਨੇ ਕਿ ਕਲਾਕਾਰ ਨੇ ਉਹ ਕਲਾਕਾਰ ਹੋ ਬਥੇਰੇ ਮੰਡੀ ਚ ਕੁਝ ਕੁ ਬੰਦਿਆਂ ਨੂੰ ਮਸ਼ਹੂਰੀ ਮਿਲ ਜੂ ਕੁਝ ਨੂੰ ਪੈਸਾ ਮਿਲ ਜੂ ਬੰਦੇ ਮਸ਼ਹੂਰੀ ਵਾਲੇ ਪੈਸੇ ਵਾਲੇ ਚਲੇ ਜਾਣਗੇ ਦੁਨੀਆ ਤੋਂ ਪਰ ਇਹ ਜਿਹੜਾ ਤਰੀਕਾ ਹੈ ਇਹ ਸਾਡੇ ਘਰੇ ਹੋਰ ਥਾਂ ਖੋਲ ਜਾਣ ਕੇ ਅਸਲ ਸਵਾਲ ਇਸ ਦਾ ਕਿ ਜਿਵੇਂ ਸਾਡੇ ਘਰੇ ਪਹਿਲਾਂ ਮੂਰਤੀਆਂ ਆ ਗਈਆਂ ਹੁਣ ਇਹ ਬਜਰੇਈ ਮੂਰਤਾਂ ਹੋਰ ਗਾਂ ਆ ਜਾਣਗੀਆਂ ਪਹਿਲਾਂ ਸਾਡੇ ਬੰਦਿਆਂ ਨੇ 150 ਸਾਲ ਪਹਿਲਾਂ ਅੰਗਰੇਜ਼ਾਂ ਦੀ ਸਿੱਖਿਆ ਤਰੀਕਾ ਆਪਣੇ ਘਰੇ ਲੈ ਕੇ ਆਂਦਾ ਕਿ ਇਸ ਸਮੇਂ ਦੇ ਹਾਨੀ ਹੋ ਜਾਣਗੇ ਹੋਗੇ ਸਮੇਂ ਦੇ ਹਾਨੀ ਫਿਰ ਸਾਡੇ ਬੰਦਿਆਂ ਨੇ ਅੰਗਰੇਜ਼ੀ ਦਾ ਤਰੀਕਾ ਲੈ ਆਂਦਾ ਵੀ ਅੰਗਰੇਜ਼ੀ ਚ ਪੜਾਓ ਤਾਂ ਪੜਾਂਗੇ ਹੋਗੇ ਸਮੇਂ ਦੇ ਹਾਨੀ ਠੀਕ ਫਿਰ ਕਿਹਾ ਵੀ ਚਲੋ ਬਾਹਰ ਦੇ ਮੁਲਕ ਫਿਰ ਆਪਾਂ ਸਿੱਖ ਫਿਰ ਖੁਸ਼ਹਾਲ ਹੋਣਗੇ ਫਿਰ ਪੰਜਾਬ ਖੁਸ਼ਹਾਲ ਹੋਊਗਾ ਹੋਗੇ ਸਮੇਂ ਦੇ ਹਾਨੀ ਇਹਨੇ ਤਜਰਬੇ ਬਾਅਦ ਵੀ ਅੰਦਾਜ਼ਾ ਨਹੀਂ ਹੈ ਕਿ ਕੀ ਹੋਊਗਾ ਹੱਲ ਕੀ ਹੈ ਜੀ ਕਿ ਹੁਣ ਲੋਕ ਕਿੱਧਰ ਨੂੰ ਜਾਣ ਫਿਰ ਆਖਰੀ ਸਵਾਲ ਦੁਨੀਆਂ ਕੋਲੇ ਆਖਰੀ ਹੱਲ ਸਦਾ ਤੋਂ ਹੀ ਲੋਕਾਂ ਕੋਲੇ ਆਪਦੀ ਪਰੰਪਰਾ ਜਪਿਆ ਹੁੰਦਾ ਹਰ ਇੱਕ ਕੋਲੇ ਜੀਣ ਦਾ ਇੱਕ ਆਦਰਸ਼ ਹੁੰਦਾ ਇੱਕ ਤਰੀਕਾ ਹੁੰਦਾ ਬੰਦਾ ਉਹਦੇ ਨਾਲ ਕਿੰਨਾ ਜੁੜਿਆ ਜ਼ਿੰਦਗੀ ਉਨੀ ਕਿ ਸਫਲ ਹੈ ਜ਼ਿੰਦਗੀ ਦੇ ਮਾਨੇ ਬੰਦਾ ਕਿੱਥੋਂ ਹਾਸਲ ਕਰ ਰਿਹਾ ਉਹ ਹੱਲ ਆ ਆਪਣੇ ਆਪ ਚ ਵੀ ਬੰਦਿਆਂ ਨੂੰ ਰੋਜ਼ਗਾਰ ਮਿਲੇ ਜੀ ਆ ਮਿਲੇ ਜੀ ਉਹ ਮਿਲੇ ਜੀ ਇਹਨੂੰ ਹੱਲ ਨਹੀਂ ਗਿਆ ਜਾਂਦਾ ਜ਼ਿੰਦਗੀ ਬਾਰੇ ਸਮਝ ਕਿੱਥੋਂ ਲੈਂਦਾ ਬੰਦਾ ਇਹਦੇ ਚ ਹੱਲ ਆ ਉਹ ਜਦੋਂ ਬੰਦੇ ਨੂੰ ਆਉਂਦੀ ਏ ਕਿਸੇ ਥਾਂ ਦੇ ਉੱਤੋਂ ਫਿਰ ਵੇਸ਼ੇ ਬੰਦਾ ਚਰਖੜੀ ਚੜ ਜਾਏ ਠੀਕ ਉਸ ਗੱਲ ਦਾ ਮਸਲਾ ਹੈ ਵੀ ਤਰੀਕਾ ਹੋਰ ਦਾ ਹਾਲ ਸਾਡਾ ਹੋਊਗਾ ਇਦਾਂ ਨਹੀਂ ਹੁੰਦਾ ਬਾਕੀ ਜਿਨ੍ਹਾਂ ਦਾ ਤਰੀਕਾ ਹੈ ਉਹਨਾਂ ਦਾ ਵੀ ਹਾਲ ਨਹੀਂ ਹੋ ਰਿਹਾ ਪਰ ਸਾਡਾ ਕਿਵੇਂ ਹੋਊਗਾ ਜੀ ਜਿਨ੍ਹਾਂ ਨੇ ਇਹ ਬਣਾਇਆ ਸੀਗਾ ਉਹਨਾਂ ਦੇ ਆਪ ਦੇ ਘਰੇ ਵੀ ਕੁਝ ਨਹੀਂ ਸਵਾਰਿਆ ਉਹਨਾਂ ਦਾ ਠੀਕ ਤੇ ਸਾਡਾ ਕੀ ਸਵਾਰ ਜੂ ਸਾਡਾ ਜਿਹਨਾਂ ਨੂੰ ਉਹਦੇ ਮੂਲ 'ਚ ਫਰਕ ਹੈ ਜ਼ਿੰਦਗੀ ਬਾਰੇ ਸਮਝਦਾ ਠੀਕ ਹੈ ਨਾ ਜਿੰਨੀ ਛੇਤੀ ਅਸੀਂ ਸਮਝ ਜਾਾਂਗੇ ਗੱਲ ਨੂੰ ਇਹ ਸਾਡੇ ਹਲ ਦੇ ਵਿੱਚ ਹੀ ਪਈ ਹੋਈ ਹੈ ਬਹੁਤ ਸਾਰੇ ਲੋਕ ਜਿਹੜੇ ਜਦੋਂ ਕੋਈ ਫਿਲਮ ਦੇਖਦੇ ਨੇ ਇਤਿਹਾਸ ਤੇ ਬਣੀ ਹੋਈ ਫਿਲਮ ਦੇਖਦੇ ਨੇ ਜਾਂ ਸਿੱਖ ਗੁਰੂਆਂ ਦੇ ਸਮੇਂ ਦੀ ਜਾਂ ਉਸ ਤੋਂ ਬਾਅਦ ਦੇ ਯੋਧਿਆਂ ਦੇ ਸਮੇਂ ਦੀ ਜਾਂ ਅਜੋਕੇ ਜਿਹੜੇ ਸਮੇਂ ਦੀ ਇਤਿਹਾਸ ਦੇ ਵਿੱਚ ਬਣੀਆਂ ਹੋਈਆਂ ਫਿਲਮਾਂ ਦੇਖਦੇ ਨੇ ਫਿਲਮਾਂ ਦੇਖ ਕੇ ਭਾਵੁਕ ਹੋ ਜਾਂਦੇ ਨੇ ਉਹ ਭਾਵੁਕ ਹੋ ਕੇ ਬਹੁਤ ਸਾਰੀਆਂ ਅਜਿਹੇ ਗੱਲਾਂ ਕਰਦੇ ਨੇ ਕਿ ਸਾਨੂੰ ਤਾਂ ਯਾਦ ਹੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਇਤਿਹਾਸ ਧਰਮ ਕੀ ਹੈ ਇਹ ਫਿਲਮ ਦੇਖ ਕੇ ਪਤਾ ਲੱਗਿਆ ਇਸ ਫਿਲਮ ਨੇ ਦੱਸਿਆ ਸਾਨੂੰ ਵੀ ਅਸੀਂ ਕੀ ਹਾਂ ਦੀ ਆਪ ਦੇ ਆਪ ਨੂੰ ਇਤਿਹਾਸ ਦੇ ਰੂਪ ਵਿੱਚ ਦੇਖਣਾ ਹੀ ਕਿਉਂ ਜ਼ਰੂਰੀ ਹੈ ਠੀਕ ਹੈ ਸਿੱਖ ਹੋਣ ਲਈ ਜ਼ਰੂਰੀ ਇਹ ਹੈ ਕਿ ਗੁਰੂ ਦੀ ਗੱਲ ਤੇ ਗੁਰੂ ਦੇ ਭਰੋਸਾ ਚਾਹੀਦਾ ਉਹਦੇ ਨਾਲ ਇਤਿਹਾਸ ਪੈਦਾ ਹੋਇਆ ਠੀਕ ਇਤਿਹਾਸ ਦੇ ਰਾਹੀ ਧਰਮ ਸਮਝਾਊਗਾ ਇਹ ਜ਼ਰੂਰੀ ਨਹੀਂ ਹੈ ਧਰਮ ਦੇ ਰਾਹੀ ਇਤਿਹਾਸ ਸਮਝਾਊ ਦੁਨੀਆ ਸਮਝਾਊਗੀ ਇਹ ਜ਼ਰੂਰੀ ਹੈ ਸਾਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਇਹ ਇਕੱਲਾ ਮੁੱਖ ਅੰਗ ਨਹੀਂ ਹੈ ਜ਼ਿੰਦਗੀ ਦਾ ਇਹ ਉਸੇ ਜੀਵਨ ਦਾ ਹਿੱਸਾ ਜਿਹੜਾ ਅਸੀਂ ਜਿਉਣਾ ਚਾਹੁੰਦੇ ਹਾਂ ਉਹਦਾ ਹਿੱਸਾ ਹੈ ਜੇ ਧਰਮ ਦੇ ਨਾਲ ਸੰਬੰਧ ਨਹੀਂ ਹੈ ਤਾਂ ਇਤਿਹਾਸ ਭੋਗਣ ਦੀ ਵਸਤ ਹੈ ਇਕ ਜਾਣਕਾਰੀ ਵਜੋਂ ਸੁਆਦ ਵਜੋਂ ਵੀ ਲੋਕ ਸਿਨੇਮੇ 'ਚ ਜਾ ਕੇ ਖੁਸ਼ ਹੁੰਦੇ ਨੇ ਜਾਂ ਦੁਖੀ ਹੁੰਦੇ ਨੇ ਇਹ ਹਜ਼ਾਰਾਂ ਹੋਰ ਕਹਾਣੀਆਂ ਰਹੀ ਵੀ ਹੋ ਜਾਂਦਾ ਹੈ ਆਇਨਿਕ ਇਤਿਹਾਸ ਦੇ ਬਣੀਆਂ ਤਾਂ ਹੁੰਦਾ ਜਾਂ ਧਰਮ ਦੇ ਬਣੀਆਂ ਤਾਂ ਹੁੰਦੇ ਨਹੀਂ ਜਿੰਨੀਆਂ ਵੀ ਸਫਲ ਚੱਲਦੀਆਂ ਨੇ ਇਹ ਨਕਲਾਂ ਉਹ ਸਾਰੀਆਂ ਜੀ ਹੁੰਦਾ ਜੀ ਇਹ ਕੋਈ ਬੱਖਾ ਕੰਮ ਨਹੀਂ ਇਹਦੇ ਚ ਆਪਣੇ ਇਤਿਹਾਸ ਨਾਲ ਜੁੜਨ ਵਾਸਤੇ ਤੁਹਾਨੂੰ ਇਹੀ ਕਿਉਂ ਜ਼ਰੂਰੀ ਹੈ ਕੋਈ ਵੀ ਚੱਜ ਦਾ ਢਾਢੀ ਆ ਉਹ ਪ੍ਰਸੰਗ ਆ ਕੇ ਤੁਹਾਡੇ ਡੂੰਘਣੇ ਖੜੇ ਕਰ ਦਿੰਦਾ ਰਸਤਾ ਵੀ ਦੇ ਦੋ ਤੁਹਾਨੂੰ ਫਿਰ ਠੀਕ ਨਾਲ ਸਾਡੀ ਪਰੰਪਰਾ ਦੇ ਪ੍ਰਵਾਹ ਨਾਲ ਉਹ ਜੀ ਭਾਵਨਾਵਾਂ ਦੀ ਪੱਧਰ ਤੇ ਬੰਦਿਆਂ ਨੂੰ ਮਹਿਸੂਸ ਕਰਾਉਣ ਵਾਲੀ ਗੱਲ ਹੈ ਜਿਹੜੀ ਉਹ ਛਣਪੰਗਰ ਹੈ ਬੰਦੇ ਨੇ ਭਾਵਨਾਵਾਂ ਤੋਂ ਗਾਂ ਵਿਚਾਰ ਵਿਚਾਰ ਤੋਂ ਗਾਂ ਜਾ ਕੇ ਯਕੀਨ ਤੱਕ ਜਾਣਾ ਧਰਮ ਦਾ ਮਸਲਾ ਯਕੀਨ ਦਾ ਮਸਲਾ ਜਦੋਂ ਇਤਿਹਾਸ ਨੂੰ ਭਾਵਨਾਵਾਂ ਦੇ ਪੱਧਰ ਤੇ ਪੜਨਾ ਹੈ ਤਾਂ ਉਹਦੇ ਤੋਂ ਇੱਕ ਪਵੜਾ ਥੱਲੇ ਤਰਨ ਦਾ ਮਸਲਾ ਹੈ ਦੁਨੀਆ ਦੇ ਸਾਰੇ ਜਾਨਵਰਾਂ ਨੂੰ ਜਿੰਨਾਂ ਕ ਅਸੀਂ ਜਾਣਦੇ ਹਾਂ ਭਾਵਨਾਵਾਂ ਦੀ ਪੱਧਰ ਤੇ ਜਿੰਦੇ ਪੈ ਨੇ ਤੇ ਭਾਵਨਾਵਾਂ ਦੇ ਪੱਧਰ ਤੇ ਉਹੀ ਪੰਜ ਸਤ ਗੱਲਾਂ ਨੇ ਉਹੀ ਕਾਮ ਕ੍ਰੋਧ ਲੋਭ ਉਹ ਹੈ ਬੰਦੇ ਹੋਣ ਦਾ ਉਹਦੇ ਵਿੱਚ ਕੀਰਤਵਾ ਤਾਂ ਹੋਊਗਾ ਬੰਦੇ ਹੋਣ ਦਾ ਰਤਵਾ ਧਰਮ ਮਜੂ ਤਾਂ ਹੋਊਗਾ ਜੇ ਉੱਥੇ ਸੁੱਤ ਟਿਕਦੀ ਹੈ ਤੇ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਉਹ ਵੀ ਜਾਣ ਬਾਰ ਜਾਂਦੇ ਨੇ ਇਹ ਸਾਡੇ ਸਾਰੇ ਦਰਵਾਸਾਬ ਦੇ ਹਮਲਾ ਹੋਇਆ ਜਦੋਂ ਠੀਕ ਮੈਂ ਲਿਖਿਆ ਪੜਿਆ ਕਿਸੇ ਤੋਂ ਦੇ ਵੀ ਸਿੱਖਾਂ ਦੇ ਵਿੱਚ ਜਿਹੜੇ ਤੁਹਾਡੇ ਧਰਮ ਇਤਿਹਾਸ ਸਿਧਾਂਤ ਬਹੁਤ ਪੜਾਉਂਦੇ ਸੀ ਉਹਨਾਂ ਦੇ ਕੋਲ ਘੱਟੋ ਘੱਟ ਵੀ ਇੱਕ ਜਥੇਬੰਦੀ ਦਾ ਮੇਖਲ ਚ ਸਾਰੇ ਹਿੰਦੁਸਤਾਨ ਦੇ ਵਿੱਚ 550 ਦੇ ਕਰੀਬ ਉਹਨਾਂ ਦੇ ਕੇਂਦਰ ਸੀਗੇ ਤੇ ਮੈਂ ਦੇਖਿਆ 15 ਸਾਲ ਦੀ جنگ ਦੇ ਵਿੱਚ ਉਹਨਾਂ ਦੇ 1% ਦੇ ਬੰਦੇ ਵੀ ਜਾਂ ਕਿ ਸ਼ਾਮਲ ਨਹੀਂ ਹੋਏ ਇਤਿਹਾਸ ਦੀ ਜਾਣਕਾਰੀ ਇੱਕੀ ਕਿਹੜੇ ਕੰਮ ਆਈ ਫਿਰ ਜਿਹੜੇ ਫਿਲਮਾਂ ਬਣਾਉਣੇ ਵਾਲੇ ਨੇ ਜਾਂ ਵਿੱਚ ਕੰਮ ਕਰਨੇ ਵਾਲੇ ਨੇ ਕਹਿੰਦੇ ਨੇ ਕਿ ਸਾਡੇ ਕੋਲ ਐਡਾ ਵੱਡਾ ਅਨਮੋਲ ਖਜ਼ਾਨਾ ਪਿਆ ਹੈ ਜੋ ਉਹਨੂੰ ਅਸੀਂ ਇਸ ਪੜਦੇ ਦੇ ਉੱਤੇ ਪੇਸ਼ ਕਰਾਂਗੇ ਅਜਿਹਾ ਕਰਦੇ ਜੇਕਰ ਉਹਨਾਂ ਨੂੰ ਇਸ ਪੜਦੇ ਰਾਹੀਂ ਜਿਉਂਦੇ ਕਰਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਤਾਂ ਲੋਕਾਂ ਦੀ ਜ਼ਿੰਦਗੀ ਬਦਲ ਜਾਵੇਗੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਚੀਜ਼ਾਂ ਨੂੰ ਸਮਝ ਕੇ ਜਿਨ੍ਹਾਂ ਨੇ ਸਿਨੇਮਾ ਬਣਾਇਆ ਉਹਨਾਂ ਦੀ ਬਦਲੀ ਜਿਨ੍ਹਾਂ ਨੇ ਤਕਨੀਕ ਕਾਢ ਕੱਢੀ ਠੀਕ ਹੈ ਅਮਰੀਕਾ ਦੀ ਸਰਕਾਰ ਕਈ 100 ਕਰੋੜ ਰੁਪਇਆ ਹਰ ਸਾਲ ਇਸ ਗੱਲ ਤੇ ਲਾਉਂਦੀ ਆ ਕਿ ਫੌਜ ਦੀ ਮਸ਼ਹੂਰੀ ਵਾਸਤੇ ਫਿਲਮਾਂ ਬਣਾਓ ਠੀਕ ਹਰ ਸਾਲ ਦਾ ਅਮਰੀਕਾ ਦੀ ਫੌਜ ਦਾ ਕਈ ਸੌ ਕਰੋੜਾਂ ਰੁਪਈਆ ਦਾ ਖਰਚਾ ਰੱਖਿਆ ਹੋਇਆ ਲਖਮਾ ਕਿ ਫਿਲਮਾਂ ਬਣਾਓ ਫੌਜ ਦੇ ਬਾਰੇ ਤਾਂ ਕਿ ਲੋਕ ਭਰਤੀ ਹੋਣ ਉੱਥੇ ਲੋਕੀਂ ਫੌਜ ਭਰਤੀ ਨਹੀਂ ਹੁੰਦੇ ਪਿਛਲੇ 20 ਸਾਲਾਂ ਚੋਂ ਭਾਰਤ ਦੇ ਵਿੱਚ ਪੁਲਿਸ ਦੇ ਉੱਤੇ ਫੌਜ ਦੇ ਉੱਤੇ ਖੁਫੀਆ ਜਿਸੂਸਾਂ ਦੇ ਉੱਤੇ ਸੈਂਕੜੇ ਦੀ ਗਿਣਤੀ ਫਿਲਮਾਂ ਨੇ ਸੈਂਕੜੇ ਦੀ ਗਿਣਤੀ ਚ ਫਿਲਮਾਂ ਨੇ ਠੀਕ ਤਾਂ ਵੀ ਫੌਜ ਦੀ ਭਰਤੀ ਦਾ ਇਸ਼ਤਿਹਾਰ ਦੇਣਾ ਪੈਂਦਾ ਲੋਕੀਂ ਭਰਤੀ ਹੋਣ ਲੱਗੇ ਫੌਜ ਬਲ ਜਿੰਨਾ ਕੋਲੇ ਸਭ ਸਮਰੱਥਾ ਹੈ ਤੇ ਜਿਹੜੇ ਕੰਮ ਜਾਣਨਾ ਇੱਜ਼ਤ ਬਣਦੀ ਹੈ ਉਹ ਵੀ ਪ੍ਰਚਾਰ ਨਾਲ ਸਭਲ ਨਹੀਂ ਹੋ ਰਿਆ ਠੀਕ ਇਹੜੇ ਅਨਮੋਲ ਖਜ਼ਾਨੇ ਦੀ ਗੱਲ ਹੈ ਭਰਾਵਾ ਇਹ ਇੰਨੀ ਹੈ ਕਿ ਬੰਦਿਆਂ ਨੂੰ ਲੱਗਦਾ ਵੀ ਆਹ ਸਾਨੂੰ ਹੁਣ ਮੌਕਾ ਹੱਥ ਲੱਗਿਆ ਵੱਢ ਲੋ ਸਾਰਾ ਕੁਝ ਸਜਣੋ ਜੇ ਅਨਮੋਲ ਖਜ਼ਾਨਾ ਹੈ ਥੋੜਾ ਤਰਸ ਕਰੋ ਠੀਕ ਆਪਦੇ ਮਾਂ ਪਿਓ ਨੂੰ ਮਾਰ ਕੇ ਨਹੀਂ ਵੇਚੀਦਾ ਮੰਡੀ ਚ ਜਿਨੂੰ ਜਿਨੂੰ ਲੱਗਦਾ ਹੈ ਖਲਵਾ ਜਾਨਾ ਅਨਮੋਲ ਪਿਆ ਜੁੜ ਜਾਓ ਯਾਰੋ ਦੇ ਨਾਲ ਉਹਨੂੰ ਮੰਡੀ ਜੇ ਸੁੱਟਣ ਦਾ ਜਾਦੇ ਚਾ ਚੜਿਆ ਪਿਆ ਵੀ ਹੋਰਾਂ ਨੂੰ ਫੜਾ ਦਿਆਂ ਜੇ ਅਨਮੋਲ ਹੈ ਫਿਰ ਮੈਂ ਕਿਉਂ ਨਹੀਂ ਜੁੜਦਾ ਉਹਦੇ ਨਾਲ ਮੈਨੂੰ ਸਮਝ ਆ ਗਿਆ ਵੀ ਆਹ ਅਨਮੋਲ ਹੈ ਤੇ ਮੈਂ ਆਪ ਰੱਖਣਾ ਚਾਹੁੰਦਾ ਉਹਨੂੰ ਤਾਂ ਕੈਸਾ ਅਨਮੋਲ ਹੈ ਚੀਜ਼ ਅਨਮੋਲ ਹੈ ਸਿਡਣੀ ਦੂਜੇ ਦੇ ਘਰੇ ਲੈ ਜਾ ਕੇ ਮੈਨੂੰ ਕੀ ਫਾਇਦਾ ਹੋ ਮੈਨੂੰ ਮਸ਼ਹੂਰੀ ਮਿਲੇ ਮੈਨੂੰ ਪੈਸੇ ਮਿਲਣ ਫਿਰ ਅਨਮੋਲ ਕੀ ਹੋਏ ਮੇਰੇ ਵਾਸਤੇ ਪੈਸੇ ਮਸ਼ਹੂਰੀ ਠੀਕ ਹੈ ਨਾ ਜਿਹੜੀ ਚੀਜ਼ ਦੀ ਜਿਹਦੇ ਮੇਰੇ ਮਨ ਚ ਹੈ ਮੈਂ ਉਹਨੂੰ ਕਿਵੇਂ ਮਿਲਾਂਗਾ ਝੂਠੇ ਤਰੀਕੇ ਕਿ ਸੱਚੇ ਤਰੀਕੇ ਜਿਹਦੇ ਨਾਲ ਲਗਾਓ ਹੈ ਬੰਦੇ ਦਾ ਉਹਦੇ ਨਾਲ ਮਿਲਣ ਦਾ ਬਿਹਾਰ ਪਤਾ ਲੱਗ ਜਾਂਦਾ ਵੀ ਮੈਨੂੰ ਚੰਗਾ ਲੱਗਦਾ ਹਰਿ ਸੇ ਨਲੂਗਾ ਕਰਨਾ ਕੀ ਹੈ ਉਹਦੇ ਦੇ ਫਿਲਮ ਬਣਾਓ ਜੀ ਬਾ ਜੀ ਬਾ ਮਹਾਰਾਜ ਠੀਕ ਉਹ ਭਾਈ ਜਿਹਦੇ ਕਰਕੇ ਉਹ ਨਰੂਸ਼ਨ ਨਰੂਆ ਬਣਿਆ ਉਹ ਕਿੱਥੇ ਗਈ ਗੁਰੂ ਦਾ ਸਤਕਾਰ ਕਿੱਥੇ ਗਿਆ ਬਾਣੀ ਪਾਠ ਸੇਵਾ ਉਹ ਕਿੱਥੇ ਗਿਆ ਗੁਰੂ ਦਾ ਸਤਕਾਰ ਨੂੰ ਟਾ ਲੱਗਦੀ ਇਹਦੇ ਨਾਲ ਵੀਰੇ ਤੁਸੀਂ ਜਦੋਂ ਗੁਰੂ ਨੂੰ ਗੁਰੂ ਨਹੀਂ ਸਮਝਦੇ ਫਿਰ ਇਹ ਜੀਆਂ ਗੱਲਾਂ ਕਰਦੇ ਹੋ कि ਅਸੀਂ ਫਲਾ ਮੰਗੇ ਅਸੀਂ ਬੰਦੇ ਨੇ ਨਿਸ਼ਾਵਰ ਹੋਣਾ ਠੀਕ ਗੁਰੂ ਦੇ ਬਚਨ ਲਈ ਉਹਦੇ ਨਾਲ ਇਤਿਹਾਸ ਬਣ ਰਿਹਾ ਇਤਿਹਾਸ ਮੂਲ ਨਹੀਂ ਹੈ ਦੁਨੀਆਂ 'ਚ ਇਤਿਹਾਸ ਬਹੁਤ ਲੋਕਾਂ ਕੋਲ ਹੈ ਕੁਰਬਾਨੀਆਂ ਭਰਿਆ ਸਾਡੇ ਤੋਂ ਬਿਨਾਂ ਵੀ ਲੋਕਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਸਾਡੇ ਜੇ 100 200 ਸਾਲ ਮੁੱਲ ਸਰਾਂ ਦੇ ਪਏ ਨੇ ਲੋਕਾਂ ਦੇ ਹਜ਼ਾਰ ਹਜ਼ਾਰ ਸਸਰਾਂ ਦੇ ਮੁੱਲ ਪਏ ਨੇ ਠੀਕ ਬਹਾਦਰੀ ਕੁਰਬਾਨੀ ਦੁਨੀਆਂ ਚ ਬਹੁਤ ਲੋਕਾਂ ਕੋਲ ਹੈ ਜੋ ਸਾਡੇ ਕੋਲ ਵੱਖਰਾ ਹੈ ਉਹਦੇ ਤੇ ਆਓ ਜੀ ਠੀਕ ਜਿਹਦੇ ਕਰਕੇ ਇਤਿਹਾਸ ਬਣ ਰਿਹਾ ਜਿਹਦੇ ਕਰਕੇ ਦੁਨੀਆਂ ਦੀਆਂ ਸਰਕਾਰ ਸਾਡੇ ਪਿੱਛੇ ਪੈਂਦੀਆਂ ਨੇ ਗੁਰੂ ਦੇ ਸਿਧਾਂਤ ਕਰਕੇ ਗੁਰੂ ਦੇ ਸਤਿਕਾਰ ਕਰਕੇ ਮੁਗਲ ਜਾਂ ਅੰਗਰੇਜ਼ ਜਾਂ ਹਿੰਦੂ ਸਾਂ ਸਰਕਾਰ ਸਿਖਾ ਦੇ ਪਿੱਛੇ ਹੈ ਠੀਕ ਕਿਸੇ ਮੇਰੇ ਵਰਗੇ ਜਾਂ ਕਿਸ ਹੋਰ ਦੀ ਕਥਾ ਕਹਾਣੀ ਕਰਕੇ ਨਹੀਂ ਜਾਂ ਇਤਿਹਾਸ ਦੇ ਵਿੱਚ ਹੋ ਗਏ ਪਾਤਰਾਂ ਕਰਕੇ ਨਹੀਂ ਹਰੀ ਸਿੰਘ ਨਲੂਏ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਗਰੇਜ਼ਾਂ ਦਾ ਕੀ ਬਗੜਨਾ ਹੋਣ ਮੜਕੇ ਠੀਕ ਭਾਵੇਂ 500 ਫਿਲਮਾਂ ਬਣਾ ਲਵੋ ਲੰਦੇ ਠੀਕ ਕੀ ਹੋਊਗਾ ਤਦ ਸਾਸੀਂ ਆਪਣਾ ਸਮਾਂ ਹੋਰ ਦੇ ਤਰੀਕੇ ਨਾਲ ਲਾਵਾਂਗੇ ਜੀਦੇ ਤਰੀਕਾ ਨਾਲ ਆਮਾਂਗੇ ਉਹਦਾ ਫਾਇਦਾ ਕਰਾਂਗੇ ਮੰਡੀ ਹੋਰ ਖੁੱਲੀ ਕਰਾਂਗੇ ਅਸੀਂ ਹੋਰ ਵੱਡੀ ਕਰਾਂਗੇ ਪੰਜਾਬ ਉਜੜਾ ਜਾਂਦਾ ਸਾਨੂੰ ਪਤਾ ਹੈ ਨਸ਼ੇ ਕਰਕੇ ਹੋਰ ਸਾਰੇ ਕਾਜ ਕਰਕੇ ਤੇ ਪੰਜਾਬੀ ਦੇ ਨੱਚਣ ਗਾਉਣ ਦੀ ਮੰਡੀ ਵੱਡੀ ਹੋ ਜਾਂਦੀ ਇਹਦਾ ਮਤਲਬ ਇਹ ਹੈ ਕਿ ਇਹਦੇ ਨਾਲ ਸਾਡੇ ਤੋਂ ਕਿਸੇ ਨੂੰ ਖਤਰਾ ਨਹੀਂ ਹੈ ਸ ਤੇ ਜਿਹੜੇ ਫਿਲਮਾਂ ਨੂੰ ਬਣਾਉਣ ਵਾਲੇ ਨੇ ਜਾਂ ਕਿਰਦਾਰ ਨਿਭਾਉਣ ਵਾਲੇ ਨੇ ਉਹ ਸਿਨੇਮੇ ਦੀ ਇੱਕ ਖਾਸੀਅਤ ਦੱਸਦੇ ਹੋਏ ਕਹਿੰਦੇ ਨੇ ਕਿ ਜੋ ਬੱਚੇ ਦੇ ਮਾਪਿ ਉਸ ਨੂੰ ਨਹੀਂ ਸਿਖਾ ਸਕੇ ਜੋ ਚੰਗੇ ਗੁਣ ਉਹਦੇ ਵਿੱਚ ਮਾਪਿਓ ਨਹੀਂ ਵਿਕਸਿਤ ਕਰ ਸਕੇ ਉਹ ਸਿਨੇਮਾ ਵਿਕਸਿਤ ਕਰ ਦਿੰਦਾ ਦੇਖੋ ਦੁਨੀਆ 'ਚ ਕਈ ਵੱਡੀਆਂ ਮੰਡੀਆਂ ਨੇ ਇਹ ਪਰਸ਼ਾ ਮੈਂ ਆਂਦੀਆਂ ਜਿਵੇਂ ਬੰਬਈ ਹਾਲੀਵੁੱਡ ਵਾਲੇ ਨੇ ਉੱਥੇ ਲੱਖਾਂ ਦੇ ਹਿਸਾਬ ਨਾਲ ਲੋਕਿੰਗ ਕੰਮ ਕਰਦੇ ਆ ਤੇ ਕਈ ਦਹਾਕੇ ਹੋ ਗਏ ਨੇ ਉਹਨਾਂ ਬੰਦਿਆਂ ਦੀ ਜ਼ਿੰਦਗੀ ਦੇਖ ਲਓ ਤੁਸੀਂ। ਉਹਨਾਂ ਦਾ ਨਿੱਜੀ ਜੀਵਨ ਕਿੰਨਾ ਕੁ ਵਧੀਆ ਗੁਜ਼ਰਦਾ ਹੈ। ਜਾਂ ਉਹਨਾਂ ਦੇ ਬੱਚਿਆਂ ਦਾ ਕਿੰਨਾ ਕੁ ਵਧੀਆ ਗੁਜ਼ਰਦਾ। ਇੱਕ ਤਾਂ ਇਹ ਪੱਖ। ਦੂਜਾ ਜਿਹੜੀ ਗੱਲ ਮੈਂ ਬਾਰ-ਬਾਰ ਜੋੜਦੇ ਆ ਕੇ ਕਹ ਰਿਹਾ ਕਿ ਅਸਲ ਮਸਲਾ ਜ਼ਿੰਦਗੀ ਬਾਰੇ ਸਮਝਣ ਦਾ ਹੈ। ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਬੱਚਿਆਂ ਨੂੰ ਸਿਖਾਵੇ ਕੋਈ ਹੋਰ ਜਾਂ ਕਿਸੇ ਹੋਰ ਦੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਉਹ ਸਮਝਣ ਦੇ ਵਿੱਚ ਨੁਕਸ ਹੈ ਕਿਉਂਕਿ ਜਾਨਵਰ ਆਪਣੇ ਬੱਚੇ ਪਾਲਦਾ ਅਗਲਾ ਜਿਹੜਾ ਇਹ ਤਰੀਕਾ ਹੈ ਇਹਦੇ ਬਾਰੇ ਜਿੱਥੋਂ ਇਹ ਆਇਆ ਚੱਲ ਕੇ ਉਹ ਆਪ ਵੀ ਉਹੀ ਸ਼ੱਕ ਕਰਦੇ ਆ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਬੰਦੇ ਨੂੰ ਬੰਦੇ ਨਾਲੋਂ ਤੋੜਦਾ ਹੈ ਬੰਦੇ ਨੂੰ ਭੀੜ ਬਣਾਉਂਦਾ ਹੈ ਬਕਾਇਦਾ ਇਹਦੇ ਤੇ ਕਈ ਜਿਹੜੇ ਨਵੇਂ ਬੰਦੇ ਨੇ ਤਕਨੀਕੀ ਅਜੁਗਤਾਂ ਵਾਲੇ ਫੇਸਬੁਕ ਵਰਗੇ ਉਹਨਾਂ ਨੇ ਖੋਜ ਕਰਕੇ ਆਪ ਹੀ ਖੋਜ ਨਿਸ਼ਰ ਵੀ ਕੀਤੀ ਉਹਨਾਂ ਨੇ ਕਿ ਇਹਦੇ ਨਾਲ ਬੰਦੇ ਦਾ ਕੀ ਬਣਦਾ ਏਨੀਆਂ ਨੰਗੀਆਂ ਚਿੱਟੀਆਂ ਮਸਾਲਾਂ ਦੇ ਬਾਵਜੂਦ ਜੇ ਕੋਈ ਇਹ ਬੰਦਾ ਸਾਨੂੰ ਸਾਡੇ ਧੀਆਂ ਪੁੱਤਾਂ ਨੂੰ ਸਿਖਾਉਣ ਦੇ ਨਾਂ ਤੇ ਕਹਿ ਰਿਹਾ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਵਧੀਆ ਸਿਖਾਵਾਂਗੇ ਨਹੀਂ ਜਾਂ ਤਾਂ ਉਹ ਬੰਦਾ ਅਗਿਆਨੀ ਹੋ ਸਕਦਾ ਜਾਂ ਬੇਈਮਾਨੀ ਹੋ ਸਕਦਾ ਠੀਕ ਹੈ ਨਾ ਹੁਣ ਜਿਹੜਾ ਸੰਧ ਹੈ ਇਹਦੀ ਸਹਾਇਤਾ ਨਾਲ ਕੋਈ ਬੰਦਾ ਵੀ ਗੱਲ ਦੀ ਖੋਜ ਕਰ ਲੇ ਕਿ ਭਾਈ ਇਹ ਪਰਸ਼ਾਮਿਆਂ ਦਾ ਬੱਚਿਆਂ ਦੇ ਕੀ ਅਸਰ ਪੈਂਦਾ ਪਰਸ਼ਾਮਿਆਂ ਦਾ ਜਵਾਨੀ ਦੇ ਕੀ ਅਸਰ ਪੈਂਦਾ ਪਰਸ਼ਾਮਿਆਂ ਦਾ ਬੁੱਢਿਆਂ ਦੇ ਕੀ ਅਸਰ ਪੈਂਦਾ ਸਮਾਜ ਜੁੜਦਾ ਹੈ ਕਿ ਟੁੱਟਦਾ ਹੈ ਲੋਕੀ ਬਿਮਾਰ ਹੁੰਦੇ ਆ ਕਿ ਰਾਜੀ ਹੁੰਦੇ ਆ ਹਿੰਸਾ ਵੱਧਦੀ ਹੈ ਕਿ ਘਟਦੀ ਹੈ ਠੀਕ ਲੋਕਾਂ ਦੀ ਸਿਹਤ ਵਧੀਆ ਹੁੰਦੀ ਹੈ ਕਿ ਮਾੜੀ ਹੁੰਦੀ ਹੈ ਸਾਰੇ ਭਾਂ ਦੇ ਅੰਕੜੇ ਹਾਜ਼ਰ ਨੇ ਜੀ ਆਪਦੇ ਮੂੰਹ ਮੇਂ ਕੁਛ ਨਹੀਂ ਕਹਿਣਾ ਚਾਹੁੰਦਾ ਲੱਭ ਕੇ ਦੇਖੇ ਜਾ ਸਕਦੇ ਨੇ ਔਰ ਇੱਕ ਅੱਧਾ ਨਹੀਂ ਸੈਂਕੜਿਆਂ ਦੀ ਗਿਣਤੀ ਦੀ ਇਹ ਗਲਤੀਆਂ ਖੋਜਾਂ ਹੋਈਆਂ ਹੋਈਆਂ ਨੇ ਹਾਂ ਇੱਕ ਬੰਦੇ ਦੀ ਉਹਨੇ ਤੁਹਾਨੂੰ ਸੌਖੀ ਮਿਸਾਲ ਦਿੰਦਾ ਉਹ ਕਹਿੰਦਾ ਵੀ ਅਫਰੀਕਾ ਦੇ ਦੇ ਮਿਲਕਾਂ ਚੋਂ ਨੇ ਜਦੋਂ ਟੀਵੀ ਆਇਆ ਤੇ ਉਹਨੇ ਕੁਝ ਸਵਾਲ ਬਣਾਏ ਜਵਾਕਾਂ ਨੂੰ ਚਾਰ ਦਿਨ ਬਖਾਇਆ ਮਿਲਕੇ ਪੁੱਛਿਆ ਵੀ ਤੂੰ ਮਾਂ ਕੋਲ ਜਾਣਾ ਕਿ ਆਹ ਦੇਖਣਾ ਉਹ ਕਹਿੰਦਾ ਮੈਂ ਤਾਂ ਆਹ ਦੇਖਣਾ ਜਵਾਕਾਂ ਦਾ ਰੰਗਾਂ ਦੀ ਨਹੀਂ ਖਿੱਚ ਸੀ ਉਹਨਾਂ ਨੇ ਆਪਣੇ ਮਾਪੇ ਨੂੰ ਤਾਂ ਇਹ ਉਹ ਮਿਲਣਾ ਚਾਹਿਆ ਉਹਨਾਂ ਨੂੰ ਤੇ ਇਹ ਜਿਹੜੀ ਮਾ ਮਾਪ ਤੋਂ ਕਮੀ ਰਹਗੀ ਉਹ ਦਿਨ ਦੂਰ ਹੋਊਗੀ ਕਿ ਇਹਦੇ ਅਸੀਂ ਸਿੱਖਣ ਵਾਲੇ ਇੱਕੋ ਗੱਲ ਸਿੱਖਣਗੇ ਕਿ ਮਾ ਮਾਪ ਦੀ ਲੋੜ ਨਹੀਂ ਹੈਗੀ ਇੱਕ ਇੱਕ ਵਰਗ ਜਿਹੜਾ ਸਿੱਖੀ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਜੁੜਿਆ ਹੋਇਆ ਜਾਂ ਜੁੜਦਾ ਜਾ ਰਿਹਾ ਜੁੜਨ ਦੀਆਂ ਕੋਸ਼ਿਸ਼ਾਂ ਕਰਦਾ ਉਹ ਵੀ ਇਹਨਾਂ ਚੀਜ਼ਾਂ ਦੀ ਹਮਾਇਤ ਕਰਦਾ ਇੱਕ ਮਾਂ ਆਪਣੇ ਬੱਚੇ ਨੂੰ ਸਵੇਰੇ ਉੱਠ ਕੇ ਜਿਹੜੀ ਗੁਰਬਾਣੀ ਆ ਉਹ ਟੈਲੀਵਿਜ਼ਨ ਤੇ ਸੁਣਾਉਣੀ ਪਸੰਦ ਕਰਦੀ ਆ ਉਹ ਉਹ ਐਨੀਮੇਸ਼ਨ ਕਿਰਦਾਰਾਂ ਨੂੰ ਜਾ ਜਿਹੜੇ ਕਾਰਟੂਨ ਆਉਂਦੇ ਨੇ ਉਹਨਾਂ ਦੀ ਥਾਂ ਤੇ ਜਿਹੜੇ ਸਿੱਖ ਬੱਚਿਆਂ ਵਾਲੇ ਐਨੀਮੇਸ਼ਨ ਕਿਰਦਾਰ ਨੇ ਕਾਰਟੂਨ ਨੇ ਉਹ ਉਹਨਾਂ ਨੂੰ ਦਿਖਾਉਣਾ ਪਸੰਦ ਕਰਦੇ ਨੇ ਕਿ ਤੂੰ ਮੇਰਾ ਬੱਚਾ ਉਹ ਜਿਹੜੇ ਡੋਰੇਮੋਨ ਜਾਂ ਸ਼ਿੰਗਚੈਨ ਵਰਗੇ ਕਾਰਟੂਨ ਕਿਰਦਾਰ ਨੇ ਉਹਨਾਂ ਨੂੰ ਆ ਦੇਖ ਕੇ ਇੱਕ ਜਿਹੜੇ ਸਿੱਖਾਂ ਵਾਲੇ ਜਿਹੜੇ ਐਨੀਮੇਸ਼ਨ ਕਾਰਟੂਨ ਕਿਰਦਾਰ ਨੇ ਉਹਨਾਂ ਨੂੰ ਦੇਖ ਲਵੇ ਵੀ ਉਹਦੀ ਜਗ੍ਹਾ ਤੇ ਇਹ ਚੰਗੇ ਨੇ ਇਹ ਉਹ ਤਾਂ ਵੀ ਰਹੀ ਗੱਲ ਆ ਗਈ ਨਾ ਵੀ ਬੱਚੇ ਨੇ ਜਿਹੜਾ ਆਦਰਸ਼ ਧਾਰਨ ਕਰਨਾ ਹੈ ਉਹ ਕਿਸ ਤਰੀਕੇ ਨਾਲ ਕਰਨਾ ਹੈ ਕਿਸ ਥਾਂ ਦੋ ਕਰਨ ਹੁਣ ਬਹੁਤੀ ਵਾਰੀ ਤਾਂ ਮਾਪੇ ਵਜਾਂ ਵੱਡੇ ਬੱਚਿਆਂ ਨੂੰ ਇਸ ਕਰਕੇ ਫੜਾ ਦਿੰਦੇ ਆ ਕਿ ਉਹ ਚੁੱਪ ਰਹਿਣਗੇ ਜੀ ਜਿਨ੍ਹਾਂ ਨੂੰ ਪਾਲਣ ਪੋਚਣ ਦੀ ਜਹਿਮਤ ਔਖੀ ਲੱਗਦੀ ਹੈ ਜਾਂ ਲੱਗਦਾ ਸਾਡੇ ਕੋਲ ਸਮਾਂ ਨਹੀਂ ਹੈ ਉਹ ਇੱਕ ਖੁਸ਼ ਪਹਿਮੀ ਦੀ ਸੁਭਾਸ਼ਾ ਹੈ ਵੀ ਬੱਚੇ ਚੰਗੇ ਨਿਕਲ ਜਾਣ ਤੇ ਵੀ ਉਹ ਲੋੜਾ ਦਾਖ ਬਜਉਰੀਆ ਕਿ ਕਰੀ ਜੈ ਜੱਟ ਜਿਸ ਤਰੀਕੇ ਨਾਲ ਬੀਜ ਪਾਇਆ ਜਾ ਰਿਹਾ ਤੇ ਜਿਹੜਾ ਵੀ ਪਾਇਆ ਜਾ ਰਿਹਾ ਉਹੀ ਉਗਣਾ ਜੀ ਠੀਕ ਹੈ ਨਾ ਬੱਚੇ ਨੂੰ ਜੋ ਦਿਖਾਇਆ ਜਾ ਰਿਹਾ ਜਿਵੇਂ ਦਿਖਾਇਆ ਜਾ ਰਿਹਾ ਉਹਨੇ ਅਸਰ ਪਾਉਣੇ ਪਾੜੇ ਠੀਕ ਜੇ ਬੱਚੇ ਨੇ ਗੁਰਬਾਣੀ ਸਕੂਲੇ ਪੜੀ ਜੇ ਬੱਚੇ ਨੇ ਗੁਰਬਾਣੀ ਮਨੋਰੰਜਨ ਵਾਲੇ ਤਰੀਕੇ ਨਾਲ ਦੇਖੀ ਤੇ ਗੁਰਬਾਣੀ ਦੇ ਮਾਨ ਗੁਰੂ ਵਾਲੇ ਨਹੀਂ ਰਹਿਣੇ ਇਨਫੋਰਮੇਸ਼ਨ ਵਾਲੇ ਹੋ ਜਾਣਗੇ ਜਾਣਕਾਰੀ ਵਾਲੇ ਹੋ ਜਾਣਗੇ ਤੇ ਇਹ ਜਿਹੜੀ ਜਾਣਕਾਰੀ ਸਾਨੂੰ ਪਹਿਲਾਂ ਹੀ ਪਤਾ ਕਿ ਅਜੇ ਯੁੱਗ 'ਚ ਜਾਣਕਾਰੀ ਦੀ ਕਾਟ ਨਹੀਂ ਹੈ ਸਗੋਂ ਦੀ ਬਹੁਤਾਤ ਹੈ ਆਪਣੇ ਜਵਾਕਾਂ ਨੂੰ ਬੇਲੋੜੀ ਬੇਕਾਰ ਜਾਣਕਾਰੀ ਤੋਂ ਬਚਾਉਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਅਸੀਂ ਆਪਣੀ ਪੀੜ੍ਹੀ ਜਿਹੜੀ ਜ਼ਿੰਮੇਵਾਰ ਹੈ ਜਿਹੜੀ 30 ਸਾਲ ਦੇ ਉੱਪਰ ਦੀ ਹੈ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ ਪਹਿਲਾਂ ਠੀਕ ਹੈ ਜੇ ਉਹ ਬਚਣਗੇ ਤਾਂ ਜਵਾਕਾਂ ਨੂੰ ਬਚਾ ਲੈਣਗੇ ਬੇ ਲੋੜੀ ਜਾਣਕਾਰੀ ਨਾਲ ਚੰਗੇ ਭਲੇ ਲੋਕ ਬਿਮਾਰ ਹੋ ਜਾਂਦੇ ਨੇ ਬੈਸਾਂ ਚ ਪਈ ਜਾਂਦੇ ਨੇ ਫालतू ਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਜਾਣਕਾਰੀ ਲੈਣ ਦੇ ਨਾਂ ਹੀਟਾਂ ਬਿਨਾ ਇਹ ਜਾਣਕਾਰੀ ਲਿਆ ਕਿ ਸਾਨੂੰ ਕਿੰਨੀ ਜਾਣਕਾਰੀ ਚਾਹੀਦੀ ਹੈ ਤੇ ਸਾਨੂੰ ਕਾਦੀ ਜਾਣਕਾਰੀ ਚਾਹੀਦੀ ਫालतू ਜਾਣਕਾਰੀ ਵਪਾਰੀ ਨੂੰ ਚਾਹੀਦੀ ਹੈ ਰਾਜਨੀਤਾ ਨੂੰ ਚਾਹੀਦੀ ਹੈ ਜਿਹਨੇ ਵਿਦਵਾਨ ਬਣਨਾ ਉਹਨੂੰ ਚਾਹੀਦੀ ਹੈ ਇੱਕ ਜਵਣਾ ਚਾਹੁੰਦੇ ਆਮ ਬੰਦੀ ਪਦਰ ਤੇ ਤੇ ਸਾਰੇ ਜਹਾਨ ਦਾ ਕੂੜਾ ਇਕੱਠਾ ਕਰਨਾ ਇਹਦੇ ਕਰਕੇ ਬਾਪਰ ਦਾ ਕਿ ਸਾਡੇ ਜਵਾਕਾਂ ਨੂੰ ਜਿਹੜੀ ਅਸਰੀ ਕਰ ਲੈ ਕੋਈ ਹੋਰ ਸਿਖਾ ਦੇਵੇ ਅਸੀਂ ਆ ਕੰਮ 'ਚ ਲੱਗੇ ਹੋਏ ਆ ਆ ਜਿੰਨੀ ਸੀ ਭਜਦਾਵੜ ਕਹੀ ਹੈ ਸਾਰੇ ਲੋਕਾਂ ਦਾ ਘੱਟੋ ਘਾਟ ਦੇ ਜਿਹੜਾ ਅਸੀਸਾ ਹੈ ਢਾਈ ਤਿੰਨ ਘੰਟੇ ਰੋਜ਼ ਚੱਲਦਾ ਉਹ ਕਿੱਥੋਂ ਆ ਗਿਆ ਸਮਾਂ ਭਰਾਵਾ ਇਹ ਭਜਦਾਵੜਾ ਜ਼ਿੰਦਗੀ 'ਚ ਠੀਕ ਹੈ ਸਮਝ ਗਲਤ ਹੋਈ ਪਈ ਆ ਜ਼ਿੰਦਗੀ ਬਾਰੇ ਚ ਉਪਰ ਬੱਚਿਆਂ ਤੇ ਵੀ ਜਾਂਦੀ ਹੈ ਸਿੱਖਿਆ ਤੇ ਵੀ ਜਾਂਦੀ ਹੈ ਸਾਰੇ ਕਾਹਦੇ ਜਾਂਦੀ ਹੈ ਕਿਵੇਂ ਇਹ ਗੱਲ ਹੈ ਜਿਹੜੀ ਗਿਣਤੀ ਵਧਾਉਣੇ ਵਾਲੀ ਦਾਦਾ ਵੀ ਸਿੱਖਾਂ ਦੇ ਮਨਾਂ ਚ ਕੋਈ ਪੁੱਤ ਦਾ ਡਰ ਹੈ ਵੀ ਇਹ ਸਾਡੀ ਗਿਣਤੀ ਨਾ ਕਦੇ ਖਤਮ ਹੋ ਜੇ ਅਸੀਂ ਘਟ ਗਿਣਤੀ ਇਸ ਕਰਲੇ ਸਿੱਖਾਂ ਦੇ ਨਹੀਂ ਦੁਨੀਆਂ 'ਚ ਜਿੰਨੀਆਂ ਵੀ ਮਨੁੱਖੀਆਂ ਪਛਾਣਾਂ ਨੇ ਰੰਗ ਕਰਕੇ ਆ ਪਿੱਛੇ ਮੈਂ ਕਿਤਾਬ ਬੜੀ ਗੋਰਿਆਂ ਦੀ ਉਹ ਬੰਦਾ ਕਹਿੰਦਾ ਵੀ ਅਗਲੇ 40 ਸਾਲਾਂ 'ਚ ਗੋਰੇ ਸਾਰੀ ਦੁਨੀਆਂ ਦੇ ਖਤਮ ਹੋ ਜਾਣਗੇ ਡਰ ਲੱਗਿਆ ਹੋਇਆ ਪੂਰਾ ਉਹਨੂੰ ਉਹਨੇ ਐ ਮੁਲਕਾਂ ਦੇ ਅੰਕੜੇ ਕੱਢ ਕੇ ਕਿ ਫਲਾਣੇ ਮੁਲਕ ਦੀ ਜਨਸੰਖਿਆ ਇੰਨੀ ਹੈ ਠੀਕ ਹੈ ਵੀ ਜਿਹੜੇ ਦੋ ਮੁੰਡਾ ਘੋਰਾ ਕੁੜੀ ਨੌਂਦੇਗਾ ਇੱਕ ਬੱਚਾ ਵੀ ਪੈਦਾ ਨਹੀਂ ਹੋ ਰਿਹਾ ਵੀ ਕਹਿੰਦਾ ਉਹਨਾਂ ਅੰਕੜੇ ਕੱਢੇ ਵੀ ਗੋਰੇ ਖਤਮ ਹੋ ਜਾਣਗੇ ਠੀਕ ਹੈ ਇਦਾਂ ਹੀ ਹਿੰਦੂਆਂ ਦੇ ਬੰਦੇ ਨੇ ਸਿੱਖਾਂ ਵਾਂਗੂ ਸਾਰੀਆਂ ਤਰ੍ਹਾਂ ਦੇ ਬੰਦੇ ਗੱਲ ਪੇਸ਼ ਕਰਦੇ ਨੇ ਵੀ ਅਸੀਂ ਖਤਮ ਹੋਣ ਵਾਲੇ ਆਂ ਅਸੀਂ ਮਰ ਗਏ ਜੀ ਤੇ ਇਹ ਚੀਜ਼ਾਂ ਇੱਕ ਹਿਸਾਬ ਨਾਲ ਜਿੰਨਾਂ ਆਪਾਂ ਮੰਡੀ ਕਹਿ ਰਹੇ ਆ ਉਹਦਾ ਹਿੱਸਾ ਨੇ ਠੀਕ ਹੈ ਬੰਦਾ ਜੇ ਡਰ ਦੇ ਅੰਦਰ ਰਹਿੰਦਾ ਹੈ ਤਾਂ ਜਦੋਂ ਬੰਦਾ ਕਿਸੇ ਡਰ ਦੇ ਅਧੀਨ ਹੈ ਕਿ ਜ ਦਬਾਅ ਦੇ ਅਧੀਨ ਹੈ ਉਹਨੂੰ ਕਿੱਧਰ ਨੂੰ ਵੀ ਮੋੜਿਆ ਜਾ ਸਕਦਾ ਹੈ ਠੀਕ ਤੁਸੀਂ ਦੇਖਿਆ ਹੋਣਾ ਵੀ ਆ ਮੈਂ ਹੁਣ ਦੇਖਿਆ ਜੀ ਕੋਈ ਸੀ ਇਹਦੇ ਫਿਲਮਾਂ ਬਾਰੇ ਬੋਲ ਰਿਹਾ ਬੰਦੇ ਕਹਿੰਦੇ ਤੁਸੀਂ ਜ ਸਿੱਖੀ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਜੀ ਇਹਦਾ ਮਤਲਬ ਗਿਣਤੀ ਦਾ ਡਰ ਹੈ ਵੀ ਅਸੀਂ ਇਹਦੇ ਨਾਲ ਆਪਦੀ ਗਿਣਤੀ ਵਧਾ ਲਈ ਪਰਾਵਾ ਸਬਤਬਦ ਪ੍ਰਚਾਰਤਾ ਇਸਾਈ ਕਰਦੇ ਠੀਕ ਅਮਰੀਕਾ ਚ ਇੰਗਲੈਂਡ ਚ ਹੋਰਾਂ ਥਾਵਾਂ ਤੇ ਵੀ ਜਿਹੜੇ ਗਿਰਜੇ ਘਰ ਸੀ ਪਹਿਲਾਂ ਵਾਲੇ ਉਹਨਾਂ ਨੂੰ ਸਿੱਖ ਲਈ ਜਾਂਦੇ ਨੇ ਮੁਸਲਮਾਨ ਖਰੀਦੀ ਜਾਂਦੇ ਉਹਨਾਂ ਨੂੰ ਠੀਕ ਅੱਗਾ ਦੌੜ ਪਿੱਛਾ ਚੌੜ ਜੇ ਪ੍ਰਚਾਰ ਨਾਲ ਸਫਲਤਾ ਹੁੰਦੀ ਹੁੰਦੀ 80 90 ਸਾਲ ਹੋ ਗਏ ਅਮਰੀਕਾ ਵਾਲਿਆਂ ਨੂੰ ਬਾਕੀ ਸਾਰਿਆਂ ਨੂੰ ਲੱਗਿਆ ਹੁਣ ਅਰਬ ਦੇ ਵਿੱਚ ਕਰ ਲਿਆ ਪ੍ਰਚਾਰ ਉਹ ਤੇ ਲੋਕ ਇਗਰਾਨ ਵਰਗੇ ਮੁਰਕਾਂ ਜਿਹੋ ਉਹਨਾਂ ਨੇ ਲੋਕਤੰਤਰ ਬਣਾਇਆ ਉਹਨਾਂ ਨੇ ਉਹ ਸਮਾਜਵਾਦ ਦੀ ਕ੍ਰਾਂਤੀ ਭੇਜੀ ਲੱਗੇ ਫਿਰ ਕਿਸੇ ਦੇ ਠੀਕ ਆ ਇਧਰਲੇ ਪੰਜਾਬ ਵਿੱਚ ਉਧਰਲੇ ਪੰਜਾਬ ਵਿੱਚ ਬਥੇਰਾ ਜੋਰ ਲਾ ਕੇ ਠੋਕੀ ਠੋਕੀ ਕੰਮ ਰੈਡੀ ਉੱਥੇ ਉਹ ਬੱਕੀ ਲੈ ਅਰੂਸ਼ ਨੇ ਅਮਰੀਕਾ ਪੈਸੇ ਪਾਏ ਇੰਡੀਆ ਵਾਲੀ ਸਰਕਾਰ ਨੇ ਪੈਸੇ ਪਾਏ ਠੀਕ ਹੋ ਗਿਆ ਤਾਂ ਪ੍ਰਚਾਰ ਦੀ ਸਫਲਤਾ ਦੇਖਣ ਨੂੰ ਲੱਗ ਸਕਦੀ ਹੈ ਇਹਦੇ ਪੈਰ ਨਹੀਂ ਲੱਗਦੇ ਹਾਂਗੇ ਜੇ ਲੱਗਦੇ ਹੁੰਦੇ ਦੁਨੀਆ ਸਦੀਆਂ ਪਹਿਲਾਂ ਇੱਕ ਰੰਗ ਹੋ ਗਈ ਹੁੰਦੀ ਠੀਕ ਹੈ ਉਹ ਸਕੰਦਰ ਵਰਗੇ ਨੇ ਬਥੇਰੀਆਂ ਆਪਦੀਆਂ ਤਸਵੀਰਾਂ ਲੁਆਈਆਂ ਕੰਧਾਂ ਤੇ ਠੀਕ ਹੈ ਨਾ ਵੀ ਲੋਕੀ ਰਾਜੇ ਨੂੰ ਜਾਣ ਜਾਣ ਠੀਕ ਮਾਲਕਾ ਦੇ ਰੁਪਏ ਚੱਲਦੇ ਸੀ ਬਥੇਰੇ ਇੱਥੇ ਬਥੇਰਾ ਪ੍ਰਚਾਰ ਹੁੰਦਾ ਸੀ ਇੱਥੇ ਵੀ ਜੁਗਨੀ ਉੱਥੇ ਗਈ ਜੁਬਲੀ ਉੱਥੇ ਗਈ ਇਹ ਬਹਿਮ ਚ ਨਹੀਂ ਰਹਿਣਾ ਚਾਹੀਦਾ ਰਾਜਨੀਤੀ ਵਜੋਂ ਵੀ ਇਹ ਬਹਿਮ ਚ ਨਹੀਂ ਰਹਿਣਾ ਚਾਹੀਦਾ ਧਰਮ ਵਜੋਂ ਵੀ ਕਿ ਗਿਣਤੀ ਜਾਂ ਪ੍ਰਚਾਰ ਕੋਈ ਅਸਲੀ ਹੱਲ ਹੈ ਅਸਲੀ ਹੱਲ ਇਸ ਗੱਲ ਨੂੰ ਸਮਝਣ ਦਾ ਹੈ ਕਿ ਜ਼ਿੰਦਗੀ 'ਚ ਦੁੱਖ ਸੁੱਖ ਲਿਖਿਆ ਹੋਇਆ ਹੈ ਠੀਕ ਇਹ ਚੱਲ ਨਹੀਂ ਪੈਂਦਾ ਵੀ ਸਾਡੇ ਤੇ ਕੋਈ ਹਮਲਾ ਨਾ ਕਰੇ ਇਸका ਵੀ ਗਣਤੀ ਬਤਾਓ ਦਾਵਾ ਸੂਰਮੇ ਹੋਣ ਦਾ ਸ਼ਹੀਦਿਆਂ ਦਾ ਇਕਾ ਇਹ ਕੋ ਮੁਸ਼ਕਲ ਕੋਈ ਨਾ ਆਵੇ ਕੋਈ ਮੇਲ ਹੈ ਠੀਕ ਹੈ ਇਹ ਸਾਰੇ ਥਾਮਾਂ ਦੇ ਭਰਮ ਲੋਕਾਂ ਨੂੰ ਰਹਿੰਦਾ ਵੱਡੇ ਹਿੱਸੇ ਨੂੰ ਐਂ ਰਹਿੰਦਾ ਹੁੰਦਾ ਕਿ ਕੋਈ ਇਹੋ ਜਿਹਾ ਜਿਗਾਰਡ ਕਰੋ ਯਾਰ ਔਖੇ ਨਾ ਹੋਣਾ ਪਵੇ ਜਿੰਦਗੀ ਬਾਰੇ ਸਮਝਦਾ ਮਸਲਾ ਗਣਤੀ ਵਾਲੇ ਪਾਸੇ ਨੂੰ ਸਿੱਖ ਕਿਉਂ ਪਏ ਹੋਏ ਨੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਸਾਡੇ ਬਾਰੇ ਪਤਾ ਲੱਗ ਜਵੇ ਵੱਦ ਤੋਂ ਵੱਧ ਲੋਕ ਜਿਵੇਂ ਤੁਸੀਂ ਕਿਹਾ ਕਿ ਸਾਰੇ ਹੀ ਮੇਰੇ ਵਰਗੇ ਹੋ ਜਾਣ। ਵੀ ਵੱਦ ਤੋਂ ਵੱਧ ਲੋਕ ਨੇ ਜਿਹੜੇ ਉਹ ਸਾਡੇ ਧਰਮ ਦੇ ਵਿੱਚ ਆ ਜਾਣ। ਇਹ ਭਾਵਨਾ ਕਿੱਥੋਂ ਪੈਦਾ ਹੁੰਦੀ ਹੈ? ਕਿਉਂ ਪੈਦਾ ਹੁੰਦੀ ਹੈ? ਦੇਖ ਇੱਕ ਸੁਣ ਦੱਸਾਂ ਮੈਂ ਸੋਕਸ ਨੂੰ ਸਾਡ। ਜਦੋਂ ਨਾ ਅਮਰੀਕਾ ਦੇ ਵਾਲੇ ਜੋੜੇ ਬੁਰਜ ਸੀ। ਉਹ ਜਮਾਰੇ ਜਹਾਜ਼ ਉਹਨਾਂ ਨੇ ਹਨ। ਤਾਂ ਉੱਥੇ ਦੋ ਤਿੰਨ ਥਾਵਾਂ ਦੇ ਸਿੱਖਾਂ ਤੇ ਹਮਲਾ ਹੋਇਆ। ਤਾਂ ਉਥੋਂ ਸਿੱਖਾਂ ਆndੀਆਂ ਜਿੱਥੇ ਬੰਦਿਆਂ ਨੇ ਇਕੱਠੇ ਹੋ ਕੇ ਇਹ ਪਹਿਲ ਕੀਤੀ। ਕਿ ਅਮਰੀਕਾ ਜਿੱਨਾ ਜਿਹੜੇ ਗੋਰੇ ਨੇ ਖਾਸ ਕਰਕੇ ਉਹਨਾਂ ਨੂੰ ਸਿੱਖਾਂ ਤੇ ਮੁਸਲਮਾਨਾਂ ਦਾ ਫਰਕ ਨਹੀਂ ਪਤਾ ਹੈ ਤਾਂ ਉਹਨਾਂ ਨੇ ਕਿੰਨੀ ਹਮੇ ਚਲਾਈ ਕਿ ਅਮਰੀਕਾ ਦੇ ਗੋਰਿਆਂ ਨੂੰ ਖਾਸ ਕਰਕੇ ਸਿੱਖੀ ਬਾਰੇ ਜਾਣਕਾਰੀ ਦਿਓ ਤਾਂ ਕਿ ਉਹ ਮੁਸਲਮਾਨ ਦੇ ਪਰਲੇਖੇ ਸਿੱਖਾਂ ਨੂੰ ਮਾਰ ਨਾ ਦੇਣ ਕਿਤੇ ਥੋੜੇ ਜਿਹਾ ਪਹਿਲਾਂ ਇੱਕ ਅਮਰੀਕਾ ਦੀ ਸਰਕਾਰ ਦੀ ਉਹ ਪੇਸ਼ਕਾਰੀ ਹੈ ਕਿ ਅਮਰੀਕਾ ਦੇ ਵਿੱਚ ਨਫ਼ਰਤੀ ਹਿੰਸਾ ਦੇ ਸ਼ਿਕਾਰ ਹੋਣ ਵਾਲੇ ਬੰਦਿਆਂ 'ਚ ਸਿੱਖ ਪਹਿਲੇ ਤੇ 20 ਸਾਲ ਜਾਣਕਾਰੀ ਦੇ ਕੇ ਇਹ ਨਤੀਜਾ ਨਿਕਲਿਆ ਜਿਹਦੇ ਮਨ 'ਚ ਛੋਟੇ ਵੀਰ ਸਾਡੇ ਅਬਰਧ ਨਫ਼ਰਤ ਭਾਵਨਾ ਭਰੀ ਹੋਈ ਆ ਉਹਨੂੰ ਜਾਣਕਾਰੀ ਨਹੀਂ ਕਢ ਸਕਦੀ ਦੁਨੀਆਂ 'ਚ ਮੰਨਿਆ ਹੋਇਆ ਅਸੂਲ ਹੈ ਕਿ ਜੋ ਨਫ਼ਰਤ ਦੇ ਜੋ ਦਸ਼ਮਣੀ ਦੇ ਭਾਵ 'ਚ ਪੈ ਗਿਆ ਉਹਨੂੰ ਜਾਣਕਾਰੀ ਦੇ ਕੇ ਆਪਣੀ ਜਾਨ ਕਢਕ ਵਿੱਚ ਪਾ ਸਕਦੇ ਹੋ ਆਪ ਜਿ ਆਪ ਤੇ ਸਵਾਲ ਕਰਾਉਣ ਲਈ ਥਾਂ ਕਰ ਸਕਦੇ ਹੋ ਠੀਕ ਇਦਾਂ ਜੇ ਜਾਣਕਾਰੀ ਦੇਣ ਨਾਲ ਨਫਰਤ ਮਿਟਦੀ ਹੁੰਦੀ ਤਾਂ ਦੁਨੀਆ ਦੀ ਕੋਈ ਵੀ ਸਰਕਾਰ ਸਾਰੇ ਲੋਕਾਂ ਨੂੰ ਆਪਦੀ ਮੁੱਠੀ ਚ ਕਰ ਲੈਂਦੀ ਇਦਾਂ ਠੀਕ ਜਾਂ ਦੂਜੇ ਧਿਰਾਂ ਦੇ ਲੋਕਾਂ ਦੇ ਲੋਕਾਂ ਨੂੰ ਹੱਥੇ ਕਰ ਲੈਣੀ ਫੜਕੇ ਇਦਾਂ ਠੀਕ ਜਿਹੜੀ ਕਿਸੇ ਨਾਲ ਦੁਸ਼ਮਣੀ ਦੀ ਨਫਰਤ ਦੀ ਭਾਵਨਾ ਹੋਊਗੀ ਉਹ ਜਾਣਕਾਰੀ ਨਾਲ ਨਹੀਂ ਮਿਟਦੀ ਹੁੰਦੀ ਉਹ ਉੱਥੇ ਫਰਕ ਪੈਂਦਾ ਜਿੱਥੇ ਲੱਗਦਾ ਕੋਈ ਬੰਦਾ ਅਗਿਆਨਤਾ ਬਸ ਮਸੂਮੀਅਤ ਬਸ ਅਨਪੂਰਨ ਰੂਪ ਚ ਕਿਸੇ ਗੱਲ ਦੇ ਖਿਲਾਫ ਚੱਲ ਰਿਹਾ ਉਹਨੂੰ ਚੈਨਲ ਹੋਇਆ ਤਾਂ ਹਟ ਗਿਆ ਇਹੋ ਜਿਹੇ ਬੰਦੇ ਦਾ ਇੱਕ ਦੋ ਪੈਸੇ ਹੁੰਦੇ ਕਦੇ ਵੀ ਠੀਕ ਇਹ ਜਾਣਕਾਰੀ ਦੂਜਿਆਂ ਨੂੰ ਦੇ ਦੀਆਂ ਮੰਗੇ ਅਸੀਂ ਕਿ ਤਾਂ ਸਾਡਾ ਫਲਾਹ ਹੋ ਜੂਗਾ ਇਹ ਨਹੀਂ ਹੈਗਾ ਇਸ ਤਰ੍ਹਾਂ ਕਿ ਜਿਹੜੇ ਬੰਦੇ ਚੋਣਾ ਲਨ ਖਾਤਰ ਆਪਦਾ ਫਲਾਹ ਕਰਦੇ ਆ ਵਪਾਰ ਖਾਤਰ ਕਰਦੇ ਆ ਉਹਨਾਂ ਦਾ ਵੀ ਫਲਾਹ ਨਹੀਂ ਹੁੰਦਾ ਉਹਨਾਂ ਦਾ ਬਹੁਤੇ ਫਲਾਹ ਬੇਕਾਰ ਹੀ ਜਾਂਦੇ ਉਹਨਾਂ ਦੇ ਠੀਕ ਲੋਕੀਂ ਬਥੇਰਾ ਜੋਰ ਲਾਉਂਦੇ ਆ ਆਪਦਾ ਜਿਦੋਂ ਉਹਨਾਂ ਨੂੰ ਦੇਖੋ ਜਿਨ੍ਹਾਂ ਕੋਲੇ ਸਭ ਕੁਝ ਹੁੰਦਾ ਜਿਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ ਉਹਨਾਂ ਤੋਂ ਵੀ ਆਪਣਾ ਪ੍ਰਚਾਰ ਨਹੀਂ ਹੁੰਦਾ ਜੀ ਇਹ ਮਨੁੱਖ ਦੀ ਸੀਮਾ ਹੈ ਤੇ ਸਾਡੇ ਵਰਗੇ ਜਿਹਨਾਂ ਨੂੰ ਲੱਗਦਾ ਕਿ ਸਾਾਨੂੰ ਸਰਕਾਰ ਜਾਣ ਨਹੀਂ ਦਿੰਦੀ ਹੈ ਤੇ ਫਿਰ ਉਸੇ ਸਰਕਾਰ ਦੇ ਢਾਂਚੇ ਦੇ ਅਧੀਨ ਸਭ ਤੋਂ ਜਿਹੜਾ ਬੁਰਾ ਰੂਪ ਹੈ ਉਹਦੇ ਨਹੀਂ ਪ੍ਰਚਾਰ ਕਰਨਾ ਕਿਵੇਂ ਸੰਭਵ ਹੋਊਗਾ ਠੀਕ ਹੈ ਨਾ ਬੰਦੇ ਦਾ ਤਰੀਕਾ ਹੀ ਤਾਂ ਜ਼ਿੰਦਗੀ ਦਾ ਹਿੱਸਾ ਹੈ ਤਰੀਕਾ ਕਿਸੇ ਹੋਰ ਦਾ ਖਿਆਲ ਸਾਡਾ ਜਾਊਗਾ ਇਦਾਂ ਨਹੀਂ ਹੈ ਜੀ ਇਦਾਂ ਨਹੀਂ ਹੈ ਜੀ ਜਿਹਦਾ ਜਿਹਦਾ ਤਰੀਕਾ ਹੈ ਉਹਦਾ ਹੀ ਖਿਆਲ ਫੈਲੂਗਾ ਜੋ ਮਰਜ਼ੀ ਕਰ ਲਓ ਅਸੀਂ ਇੱਥੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਅੰਗਰੇਜ਼ਾਂ ਤਰੀਕੇ ਦੇ ਪੜ੍ਹਾਈ ਸ਼ੁਰੂ ਕੀਤੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕੀਤੀ ਕੀ ਨਿਕਲਿਆ ਆ ਸਾਡੇ ਜਵਾਕਾਂ ਨੂੰ ਅੰਗਰੇਜ਼ੀ ਆਉਣ ਲੱਗੀ ਉਹ ਵੀ ਨਹੀਂ ਆਉਣ ਲੱਗੀ ਬੰਦੇ 12 ਸਾਲ ਅੰਗਰੇਜ਼ੀ ਸਕੂਲੇ ਪੜ੍ਹਦੇ ਆ ਮੁੜ ਕੇ ਫੇਰ 6 ਸਾਲ 6 ਮਹੀਨੇ ਆਇਲ ਸੈਂਟਰ ਚਲਾਉਂਦੇ ਨੇ ਠੀਕ ਪੰਜਾਬੀ ਉਂਝ ਪਟਿਆਲੇ ਪੜ੍ਹਦੇ ਆ ਸਾਡੇ ਉਥੇ ਨਾਲ ਕੁੜੀ ਪੜ੍ਹਦੀ ਉਹਨੂੰ ਖੋਜ ਕੀਤੀ ਇਸ ਗੱਲ ਦੇ ਉੱਤੇ ਬਕਾਇਦਾ ਬੰਦਿਆਂ ਦੇ ਅਨੁਨ ਸਵਾਲ ਪੁੱਛ-ਪੁੱਛ ਕੇ ਵੀ ਲਿਖਣ ਦਾ ਪੜ੍ਹਨ ਦਾ ਬੋਲਣ ਦਾ ਸੁਣਨ ਦਾ ਜਿਵੇਂ ਆਇਲ ਸਾਰੇ ਕਰਦੇ ਆ ਉਹ ਅੰਗਰੇਜ਼ੀ ਪੜ੍ਹਨ ਵਾਲਿਆਂ ਦਾ ਪੰਜਾਬੀ ਬੋਲਣਾਂ ਦਾ ਥੋੜੇ ਫਰਕ ਸੀਗਾ ਜਿਹੜਾ ਅਖੰਗਰੀਜੀ ਬਦ ਆਉਂਦੀ ਸੀ ਉਹ ਜਿਹੇ ਪੰਜਾਬੀ ਘਟ ਆਉਂਦੀ ਸੀ ਮਨ ਲੋ ਨਾ ਕਾਂ ਰਹੇ ਨਾ ਹੰਸ ਰਹੇ ਕਿਉਂ ਕਿਉਂਕਿ ਤਰੀਕਾ ਹੋਰ ਦਾ ਸੀਗਾ ਠੀਕ ਆ ਉਹ ਜਿਹਦਾ ਵੀ ਜੋ ਤਰੀਕਾ ਹੈ ਸਿਨੇਮਾ ਜਿਹਦਾ ਤਰੀਕਾ ਹੈ ਸਿਨੇਮਾ ਮਨੋਰੰਜਨ ਮੰਡੀ ਦਾ ਹਿੱਸਾ ਹੈ ਇਹਦੇ ਰਹੀਂ ਜੋ ਮਰਜ਼ੀ ਪੇਸ਼ ਕਰ ਲੈ ਉਹਨੇ ਉਸੇ ਰਾਹ ਲੈ ਕੇ ਜਾਇਆ ਸਾਡੇ ਬੰਦੇ ਪਤਾ ਨਹੀਂ ਕਿਉਂ ਹਾਨੂੰ ਭੁੱਲ ਜਾਂਦੇ ਨੇ ਜਾਂ ਜਾਣ ਕੇ ਅੰਡਰਟ ਕਰ ਦਿੰਦੇ ਨੇ ਠੀਕ ਇਹ ਹਰ ਸਿਆਣੇ ਤੋਂ ਸਿਆਣੇ ਬੰਦੇ ਨੂੰ ਹਰ ਆਮ ਤੋਂ ਆਮ ਬੰਦੇ ਨੂੰ ਗੱਲ ਸਮਝ ਆ ਜਾਂਦੀ ਹੈ ਠੀਕ ਕਿ ਜਿਹਦਾ ਸਾਧਨਾ ਉਹਦੇ ਚ ਉਹੀ ਬੋਲੂਗਾ ਜੀ ਸ਼ਬਦ ਤੁਹਾਡੇ ਹੋ ਸਕਦੇ ਆ ਚਿਹਰਾ ਤੁਹਾਡਾ ਹੋ ਸਕਦਾ ਜਿਹੜੀ ਫਿਲਮ ਭਾਰ ਸਰਕਾਰ ਤੋਂ ਪ੍ਰਵਾਨ ਹੋ ਕੇ ਆਈ ਉਹ ਉਹਦੇ ਖਿਆਲ ਨੂੰ ਹੀ ਫੈਲਾਏਗੀ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਹੋਰ ਕੁਝ ਨਹੀਂ ਹੋ ਸਕਦਾ। ਤਾਂ ਜਿਹੜੇ ਲੋਕ ਸਿਨੇਮਾ ਦੇਖਦੇ ਨੇ ਉਹ ਕਹਿੰਦੇ ਨੇ ਕਿ ਵੀ ਸਾਡੇ ਕੋਲ ਸਮਾਂ ਘੱਟ ਹੈ। ਗੁਰੂ ਘਰ ਜਾਣ ਦਾ, ਕਥਾ ਸੁਣਨ ਦਾ, ਸਹਿਜ ਪੜ੍ਹ ਕਰਨ ਦਾ ਇਹ ਸਾਰਿਆਂ 'ਚ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਸਮਾਂ ਘੱਟ ਹੈ। ਤਾਂ ਇਸ ਸਮੇਂ ਦੀ ਘਾਟ ਦੇ ਵਿੱਚ ਜੇਕਰ ਸਾਨੂੰ 3 ਘੰਟੇ ਜਾਂ 2.5 ਘੰਟੇ 2 ਘੰਟਿਆਂ ਦੀ ਇੱਕ ਫਿਲਮ ਦੇ ਨਾਲ ਉਸ ਸਮੁੱਚੇ ਇਤਿਹਾਸ ਦਾ ਪਤਾ ਲੱਗ ਜਾਂਦਾ ਤਾਂ ਇਸ ਦੇ ਵਿੱਚ ਮਾੜਾ ਕੀ ਸੀ। ਵੀਰੇ 1000% ਦੀ ਝੂਠ ਹੈ। ਜਿਹੜੀ ਭੱਜਦੜ ਵਾਲੀ ਜ਼ਿੰਦਗੀ ਹੈ ਹੁਣ ਨਹੀਂ ਹੈ ਪਹਿਲਾਂ ਸੀ ਜਦੋਂ ਸਾਡੇ ਪਿਓ ਦਾਦਿਆਂ ਸਾਡੇ ਦਾਦਾ ਜੀ ਉਹਨੂੰ ਪਾਣੀ ਲੈਣ ਲਈ 15 20 ਮੀਲ ਜਾਣਾ ਪੈਂਦਾ ਸੀ ਉਦੋਂ ਭੱਜਦੜ ਸੀਗੀ ਹੁਣ ਜਦੋਂ ਉਂਗਲ ਨੱਪਿਆਂ ਪਾਣੀ ਆ ਜਾਂਦਾ ਹੁਣ ਭੱਜਦੜਾ ਇਹ ਜ਼ਿੰਦਗੀ ਬਾਰੇ ਸਮਝ ਪੁੱਠੀ ਦਾ ਮਸਲਾ ਹੈ ਘਟੋ ਘਟ ਸਾਡੇ ਦਾਦੇ ਪਰਦਾਦੇ ਦੇ ਮੁਕਾਬਲੇ ਹੁਣ ਸਾਡੇ ਕੋਲੇ ਵੱਧ ਸਹੂਲਤ ਹੈ ਆਣੀ ਕ ਸਮਾਨੀ ਹੈ ਜਿੰਦਗੀ ਬਾਰੇ ਸਮਝ ਨਹੀਂ ਹੈ ਸਮਝ ਯਾਨੀ ਕਿ ਦੋ ਥੋੜੀ ਕੋਈ ਠੀਕ ਹੈ ਨਾ ਵੀ ਕਾਜੀ ਭੱਜ ਦੌੜਾ ਬੰਦੇ ਨੂੰ ਜੇ ਕੋਈ ਬੰਦਾ ਆਪਣਾ ਜੀਵਨ ਸਫਲ ਕਰਨ ਲਈ ਉਤਸਕ ਨਹੀਂ ਹੈ ਚਾਹਵਾਨ ਨਹੀਂ ਹੈ ਇਹਨੂੰ ਭੱਜ ਦੌੜ ਥੋੜੀ ਕਹਿਣਾ ਚਾਹੀਦਾ ਇਹਨੂੰ ਅਗਿਆਨਤਾ ਕਹਿਣਾ ਚਾਹੀਦਾ ਇਹਨੂੰ ਠੀਕ ਹੈ ਨਾ ਵੀ ਆਦੇ ਬੱਚੇ ਵੀ ਨਹੀਂ ਪਾਲਣਾ ਚਾਹੁੰਦਾ ਮੈਂ ਤੇ ਇਹਦੇ ਨਾਲ ਭਰਾਵਾ ਜਾਨਵਰ ਚੰਗੇ ਨੇ ਇਹਨੂੰ ਭੱਜ ਦੌੜ ਨਹੀਂ ਕਹਿਣਾ ਚਾਹੀਦਾ ਪਾਜਦਵੜ ਨਾਲ ਦੇ ਬੰਦੇ ਨੂੰ ਬਹੁਤ ਜ਼ਰੂਰੀ ਕੰਮ ਪਏ ਹੋਏ ਨੇ ਬੰਦੇ ਕੋਲ ਸਮਾਂ ਨਹੀਂ ਹੈ ਇਹ ਨਹੀਂ ਹੈ ਪਹਿਲਾਂ ਬੰਦਿਆਂ ਕੋਲ ਸਮਾਂ ਨਹੀਂ ਸੀਗਾ ਜ਼ਿੰਦਗੀ ਜਿਆਦਾ ਔਖੀ ਸੀ ਠੀਕ ਹੁਣ ਤਾਂ ਤੁਸੀਂ ਆਪ ਦੇ ਘਰੇ ਬੈਠਿਆਂ ਗੱਲ ਕਰ ਕਰ ਕੇ ਫੋਨ ਰਹੀਂ ਜਿੰਦਗੀ ਦਾ ਸਾਰਾ ਪ੍ਰਬੰਧ ਕਰ ਸਕਦੇ ਹੋ ਸੀ ਠੀਕ ਪਾਜਦਵੜ ਹੁਣ ਕਿੱਥੇ ਹੈ ਫਿਰ ਪਾਜਦਵੜ ਬਖਾਵੇ ਦੇ ਹਿਸਾਬ ਨਾਲ ਹੈ ਹਕੂਮਤਾਂ ਦੇ ਵਪਾਰੀਆਂ ਦੇ ਹਿਸਾਬ ਨਾਲ ਚੱਕਰ ਬੰਨਿਆ ਹੋਇਆ ਉਹਦੇ ਮੁਤਾਬਕ ਹੈ ਪਰ ਸਿੱਖਾਂ ਵਜੋਂ ਗੱਲ ਕਰਨੀ ਜਾਂ ਬੰਦਿਆਂ ਵਜੋਂ ਗੱਲ ਕਰਨੀ ਫੇਰ ਇਹ ਗੱਲ ਗਲਤ ਹੈ ਕਿ ਭੱਜ ਦੌੜ ਹੈ ਇਹ ਭੱਜ ਦੌੜ ਇੱਕ ਛਲਾਵਾ ਹੈ ਜੇ ਇਹਹੀ ਮੰਨ ਲਈ ਤਾਂ ਕੋਈ ਗੱਲ ਸਮਝ ਨਹੀਂ ਆਉਣੀ ਹੈ ਫਿਰ ਲਗੂ ਇਤਿਹਾਸ ਸਾਡੇ ਪੁਰਖੇ ਦਾ ਬੇਲੇ ਹੀ ਸੀਗੇ ਸਾਨੂੰ ਭੱਜ ਦੌੜ ਹੈ ਵੀ ਬੇਲੇ ਸੀ ਤਾਂ ਸੀਦ ਹੋਗੇ ਠੀਕ ਸਾਡੇ ਪ੍ਰੋਫੈਸਰ ਇੱਕ ਵਾਰੀ ਕਹਿੰਦਾ ਉਹ ਉਦੋਂ ਠੀਕ ਸੀ ਹੁਣ ਹੁਣ ਨਹੀਂ ਸਿੱਖਾਂ ਨੂੰ ਕਿਹ ਸੰਜਰੂਰਤ ਮੈਂ ਹੈ ਜੀ ਜਦੋਂ ਸਿਰਲ ਹੁਣ ਉਹ ਜ਼ਰੂਰਤ ਸੀ ਹੈ ਜਦੋਂ ਕਿਸੇ ਨਾਲ ਉਹਨੂੰ ਪਾਣੀ ਨਹੀਂ ਸੀ ਉਹਨੂੰ ਜ਼ਰੂਰਤ ਸੀ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਵੀ ਹੁਣ ਜੀ ਜ਼ਿੰਦਗੀ ਸਮਾਂ ਨਹੀਂ ਹੈ ਬੰਦੇ ਕੋਲੇ ਪੜਾਵਾ ਕਿੱਥੇ ਵਾ ਗਿਆ ਸਮਾਂ ਜਿਹੜੇ ਕੰਮ ਬੰਦੇ ਦੇ ਕਈ-ਕਈ ਘੰਟਿਆਂ ਚ ਹੁੰਦੇ ਜੋ ਪਲਾਂ ਚ ਹੋਣ ਲੱਗ ਗਏ ਨੇ ਤੇ ਹਲੇ ਜੀ ਸਮਾਂ ਨਹੀਂ ਹੈ ਇਹ ਬਹੁਤ ਜ਼ਿਆਦਾ ਗਲਤ ਗੱਲਾਂ ਨੇ ਜਿਹੜੀਆਂ ਬਿਨਾਂ ਸੋਚੇ ਅਸੀਂ ਉਹਦੀ ਦੁਹਰਾ ਦਿੰਨੇ ਆ ਮੈਂ ਵੀ ਦੁਹਰਾਉਣਾ ਹੋ ਮੈਂ ਪਰ ਜੇ ਸੋਚਣ ਦਾ ਮਸਲਾ ਹੈ ਤਾਂ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿੰਨੀਆਂ ਗੱਲਾਂ ਅਸੀਂ ਮੰਨ ਕੇ ਚੱਲਾਂਗੇ ਕਿ ਆਹ ਇਦਾਂ ਹੈ ਪਹਿਲਾਂ ਉੱਥੇ ਸੋਚਣ ਵਾਲਾ ਮਸਲਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੁੰਦੇ ਹਾਂ ਇਹ ਕਿੰਨਾ ਜ਼ਰੂਰੀ ਹੈ ਜੇ ਮੈਂ ਇਹਦੇ ਤੇ ਨਹੀਂ ਸੋਚੂਗਾ ਤਾਂ ਅਗਲੀਆਂ ਸਾਰੀਆਂ ਗੱਲਾਂ ਹੀ ਬੇਕਾਰ ਨੇ ਪਰ ਜਿਹਨਾਂ ਬੰਦਿਆਂ ਨੇ ਸਿਰ ਤੇ ਜਿਵੇਂ ਜਿਹੜੀ ਜਿਸ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਉਹ ਜ਼ਿੰਮੇਵਾਰੀ ਸੀ ਜਾਂ ਜਿਨ੍ਹਾਂ ਨੇ ਉਹ ਬੀੜਾ ਚੱਕਿਆ ਅੱਜ ਉਹ ਵੀ ਲੋਕ ਕਿ ਇਸ ਸਾਧਨ ਦੀ ਹਮਾਇਤ ਕਰਦੇ ਨੇ ਕਿ ਸਾਧਨ ਦੇ ਨਾਲ ਪ੍ਰਚਾਰ ਪ੍ਰਸਾਰ ਦੇ ਵਿੱਚ ਆਸਾਨੀ ਹੋ ਰਹੀ ਆ ਜੇ ਸਿੱਖਾਂ ਦਾ ਇਤਿਹਾਸ ਵੱਧ ਲੋਕਾਂ ਨੂੰ ਪਤਾ ਲੱਗ ਰਿਹਾ ਦੁਨੀਆ ਦੇ ਹੋਰ ਪਹਾਹਾਵਾਂ ਦੇ ਵਿੱਚ ਫਿਲਮਾਂ ਨੂੰ ਦੇ ਤਬਦੀਲ ਕਰਕੇ ਜਦੋਂ ਬਣਾਇਆ ਜਾਂਦਾ ਉਹਨਾਂ ਲੋਕਾਂ ਨੂੰ ਸਾਡੇ ਇਤਿਹਾਸ ਦੇ ਬਾਰੇ ਪਤਾ ਚੱਲ ਰਿਹਾ ਤਾਂ ਫਿਰ ਕਹਿੰਦੇ ਇਸ ਦੇ ਵਿੱਚ ਗਲਤ ਕੀ ਆ ਤੇ ਪਹਿਲੀ ਗੱਲ ਤੇ ਹੈ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਮੰਨ ਰਹੇ ਆਪਾਂ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਦਾ ਤਰੀਕਾ ਗਲਤ ਸੀਗਾ ਠੀਕ ਇੱਥੋਂ ਸਾਰੀ ਖਰਾਬੀ ਸ਼ੁਰੂ ਹੁੰਦੀ ਹੈ ਵੀ ਜਦੋਂ ਕੋਈ ਜਿਹੜਾ ਕੋਈ ਬੰਦਾ ਆਗੂ ਆ ਜਾਂ ਅਹੁਦੇਦਾਰ ਹੈ ਉਹਨੂੰ ਗਲਤ ਤਰੀਕੇ ਨਾਲ ਚੁਣਿਆ ਗਿਆ ਜੇ ਉਹਨਾਂ ਜੋ ਕੱਦਾ ਬੰਦਾ ਕੋਈ ਚੰਗਾ ਕੰਮ ਕਰ ਦੇ ਤੋ ਕੁਦਰਤੀ ਹੈ ਦੁਜਾ ਵੀ ਦੁਨੀਆਂ ਸਾਡੀ ਗੱਲ ਫੈਲ ਜਾਊਗੀ ਮਤਲਬ ਅਸੀਂ ਗੱਲ ਕਿਉਂ ਫੜਾਉਣੀ ਚਾਹੁੰਦੇ ਹਾਂ ਬਿਨਾ ਕਰਦਾਰ ਤੋਂ ਜਾਂ ਬਿਨਾ ਅਮਲ ਦੇ ਗੱਲ ਦਾ ਫਲਾ ਹੈ ਜਾਂ ਵਪਾਰੀ ਚਾਹੁੰਦਾ ਜਾਂ ਪਰੰਪਰਾ ਕਾ ਰਾਜਨੀਤੀ ਵਾਲੇ ਬੰਦੇ ਚਾਹੁੰਦੇ ਕਿ ਸਾਡਾ ਦੁਨੀਆਂ ਦੇ ਕਬਜ਼ਾ ਹੋ ਜਾਏ ਸਾਰੇ ਸਾਡੇ ਮੁਤਾਬਕ ਚੱਲਣ ਜਾਂ ਸਾਰੇ ਸਾਡੇ ਸਾਡੇ ਵਰਗੇ ਹੋ ਜਾਣ। ਮਤਲਬ ਕਿਉਂ? ਇਹ ਜਿਹੜੀ ਭਾਵਨਾ ਹੈ ਕਿ ਲੋਕ ਚੰਗੇ ਹੋਣ ਇਹ ਤਾਂ ਸਮਝ ਪੈਂਦੀ ਹੈ। ਹੈਨਾ? ਵੀ ਲੋਕ ਸਾਰੇ ਸਾਡੇ ਵਰਗੇ ਹੋ ਜਾਣ ਤੇ ਸਾਡਾ ਆਮਲ ਕੁਝ ਵੀ ਨਾ ਹੋਵੇ। ਠੀਕ। ਤੇ ਜਿਹੇ ਜੇ ਅਸੀਂ ਹਾਂ ਤੇ ਲੋਕ ਉਹ ਹੀ ਹੋ ਜਾਣ ਤਾਂ ਵੀ ਵੱਡੀ ਗੱਲ ਹੈ। ਠੀਕ ਹੈ। ਵੀ ਉਹ ਖੰਡ ਖੰਡ ਕਿਹਾ ਮੂੰਮਠਾ ਨਹੀਂ ਹੁੰਦਾ। ਸਦੀਆਂ ਪੁਰਾਣੀ ਗੱਲ ਹੈ ਇਹ। ਤੇ ਸੱਚ ਹੀ ਹੈ। ਸੀਸਾ ਮਨੋਰੰਜਨ ਪੈਦਾ ਕਰਦਾ। ਇਧਰ ਅਸੀਂ ਜੋ ਦਿਖਾ ਲਏ ਉਹਨੇ ਮਨੋਰੰਜਨ ਬਣ ਜਾਣਾ ਇਸ ਪੱਠੀ 'ਚ। ਧਰਮ ਦਿਖਾਓ, ਇਤਿਹਾਸ ਦਿਖਾਓ, ਜੋ ਮਰਜੀ ਦਿਖਾਓ। ਅਖੀਰ ਨੂੰ ਵੱਡੇ ਹਿੱਸੇ ਨੇ ਇਹਦੇ ਤੋਂ ਮਨੋਰੰਜਨ ਕਰਨਾ। ਔਰ ਉਹ ਵੀ ਕਨਰਸ ਦਾ ਅੱਖਰਸ ਦਾ। ਹਾਲਾਂਕਿ ਮਨੋਰੰਜਨ ਵਿੱਚ ਖੇਡਣਾ ਵੀ ਹੁੰਦਾ ਉਹ ਹਾਲਾਂਕਿ ਵਧੀਆ ਹੁੰਦਾ ਦਿਨੋਂ ਪਰ ਇਹ ਉਦੋਂ ਵੀ ਜ਼ਿਆਦਾ ਨਕਮਰ ਇਹ ਚਮਚੀ ਕਹਿ ਰਹੇ ਆ ਵੀ ਇਹ ਸਰਕਾਰ ਦਾ ਸਾਧਨ ਹੈ ਇਸ ਤੋਂ ਕੋਈ ਖ਼ਤਰੀ ਇਹ ਤੋਂ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਜਾ ਪਰ ਫਿਰ ਬਾਗੀਆਂ ਉੱਤੇ ਬਣਦੀਆਂ ਫਿਲਮਾਂ ਦੇ ਉੱਤੇ ਸੈਂਸਰਸ਼ਿਪ ਕਿਉਂ ਹੁੰਦਾ ਉਹਨਾਂ ਦੇ ਸੀਨ ਕਿਉਂ ਕੱਟ ਦਿੱਤੇ ਜਾਂਦੇ ਨੇ ਜੇ ਸਰਕਾਰ ਨੂੰ ਇਹ ਤੋਂ ਖ਼ਤਰਾ ਨਾ ਹੋਵੇ ਜੇ ਸਰਕਾਰ ਨੂੰ ਖ਼ਤਰਾ ਹੋਵੇ ਤਾਂ ਕੋਈ ਉਹਨਾਂ ਦੇ ਉੱਤੇ ਫਿਲਮ ਬਣਾਵੇ ਕਿਉਂ ਠੀਕ ਹੈ ਨਾ ਜਿਹੜੇ ਬੰਦੇ ਨੂੰ ਲੱਗਦਾ ਕਿ ਸਰਕਾਰ ਫੜੂਗੀ ਲੋਕ ਉਹਦੇ ਨਾਲ ਹੱਥ ਮਲਾਉਣਾ ਹਟ ਜਾਂਦੇ ਨੇ ਜਦੋਂ ਖਤਰੇ ਦੀ ਗੱਲ ਆਉਂਦੀ ਹੈ ਠੀਕ ਇਸ ਕਰਕੇ ਇੱਕ ਭੈਮ ਪੈਦਾ ਕੀਤਾ ਜਾਂਦਾ ਕਿ ਸਰਕਾਰ ਸਾਡੇ ਸੱਚੇ ਇਤਿਹਾਸ ਦੀ ਫਿਲਮਾਂ ਨਹੀਂ ਬਣਨ ਦਿੰਦੀ ਠੀਕ ਦੁਨੀਆ ਜਿੱਥੇ ਵੀ ਲੋਕ ਸਚਾਈ ਖਾਤਰ ਲੜਦੇ ਨੇ ਉਹਨਾਂ ਤੇ ਫਿਲਮਾਂ ਬਣ ਕੇ ਚੱਲਣਾ ਇਹ ਮੰਡੀ ਨੂੰ ਪ੍ਰਵਾਨ ਸਦਾਈ ਠੀਕ ਹੈ ਜਿਦੇ ਮਰਜੀ ਬਣਾਓ ਜਿਹੜਾ ਵੀ ਕੋਈ ਸਾਧੂ ਮਹਾਤਮਾ ਹੈ ਜਿਹੜਾ ਵੀ ਕੋਈ ਸੂਰਮਾ ਹੈ ਜਿਹੜਾ ਵੀ ਕੋਈ ਪਹੁੰਚਿਆ ਹੋਇਆ ਉਹ ਮੰਡੀ ਦਾ ਖਾਜਾ ਬਣ ਜਾਏ ਤੇ ਮੰਡੀ ਹੋਰ ਕੀ ਚਾਹੁੰਦੀ ਇਹ ਪੱਠੀ ਹੋਰ ਕੀ ਚਾਹੁੰਦੀ ਇਹ ਪੱਠੀ ਤਾਂ ਇਹੋ ਜਿਹੀ ਲੱchnਾ ਚਾਹੁੰਦੀ ਹੈ ਜਿਹੜੀਆਂ ਲੱਟ ਲੱਟ ਮਚਣ ਲੋਕੀਂ ਭਮਕਣਾ ਜੋ ਆਉਣ ਉਹਦੇ ਉੱਤੇ ਸਿੱਖਾਂ ਨੇ ਕਿ ਫਿਲਮ ਬਣਾਈ ਸਿੱਖਾਂ ਦੇ ਨਾਲ ਸੰਬੰਧ ਬਾੜੀ ਵਧੀਆ ਨਹੀਂ ਸੀ ਕੋਈ ਗੁਰੂ ਮਾਨ ਦੇ ਗ੍ਰੰਥ ਬੰਦਿਆਂ ਨੇ ਕਈ ਕਿਈ 100 ਮੀਟਰ ਲੰਮੀਆਂ ਲੈਣਾ ਕਤਾਰਾਂ ਲਾ ਕੇ ਟਿਕਟਾਂ ਲਈਆਂ ਠੀਕ ਹੈ ਉਸੇ ਬੰਦੇ ਨੇ ਤਿੰਨ ਬਣਾਈਆਂ ਮੁੜ ਕੇ ਠੀਕ ਔਰ ਹੁਣ ਵੀ ਪਹਿਲੀ ਵਾਰ ਨਹੀਂ ਬਣਨ ਲੱਗੀਆਂ 40 50 ਫਿਲਮਾਂ ਬਣ ਚੁੱਕੀਆਂ ਇਹਨਾਂ ਤੋਂ ਪਹਿਲਾਂ ਉਹਦੇ ਨਾਲ ਕਿੰਨਾ ਕਿਹ ਇਤਿਹਾਸ ਫੈਲ ਗਿਆ ਜੇ ਪ੍ਰਚਾਰਕਾਂ ਨੇ ਨਹੀਂ ਫਲਾਇਆ ਤਾਂ 5 ਕੇ 6 ਫਿਲਮਾਂ ਦਾ ਸ਼੍ਰਮਣੀ ਕਮੇਟੀ ਨੇ ਮੁੱਲ ਲਈਆਂ ਹੋਈਆਂ ਨੇ ਠੀਕ ਦਿਖਾਈਆਂ ਥਾਂ ਥਾਂ ਦੇ ਤੇ ਲੋਕਾਂ ਨੂੰ ਜਿਹੜੀ ਚੀਜ਼ ਖਿੱਚਦੀ ਹੈ ਉਹ ਅਸਲ ਜ਼ਿੰਦਗੀ ਜਿਵੇਂ ਇਤਿਹਾਸ ਬਣਦਾ ਓਵੇਂ ਇਤਿਹਾਸ ਦਾ ਅਸਰ ਲੋਕਾਂ ਦੇ ਪੈਣਾ ਹੁੰਦਾ ਜਦੋਂ ਅਸੀਂ ਸਿਨੇਮੇ 'ਚ ਲੈ ਆਏ ਉਹ ਸੂਰਮੇ ਨਹੀਂ ਹਨ ਉਹ ਪਾਤਰ ਨੇ ਕਹਾਣੀ ਦੇ ਪਾਤਰ ਨੇ ਜਿਹਨੂੰ ਕਿਸੇ ਤੈਂ ਮੈਨ ਨੇ ਨਭਾਇਆ ਹੋਇਆ ਠੀਕ ਤੇ ਪਾਤਰ ਹਜ਼ਾਰਾਂ ਕਹਾਣੀਆਂ 'ਚ ਹਜ਼ਾਰਾਂ ਪਾਤਰ ਨੇ ਜਿਹੜੇ ਕਹਾਣੀ ਮੁਤਾਬਕ ਬਹੁਤ ਵੱਡੇ ਹੋ ਜਾਂਦੇ ਨੇ ਮਸਲਾ ਤਾਂ ਪੈਂਦਾ ਅਸਲ ਜ਼ਿੰਦਗੀ ਜੀਣ ਦਾ ਠੀਕ ਹੈ ਨਾ ਕਹਾਣੀ ਤੁਸੀਂ ਘੜ ਦਿਓ ਦੁਨੀਆ ਦਾ ਇਹੋ ਜਿਹਾ ਪਾਤਰ ਬਣਾ ਜਿਹੜਾ ਕਦੇ ਹੋਇਆ ਹੀ ਨਹੀਂ ਕਦੇ ਇੰਨਾ ਤਕੜਾ ਇੰਨਾ ਸਿਆਣਾ ਸਭ ਕੁਝ ਭਰ ਦਿਓ ਇਹ ਚ ਦੋ ਜ਼ਿੰਦਗੀ ਜਿਉਣ ਦਾ ਸਵਾਲ ਆਊਗਾ ਨਾਲੇ ਉੱਥੇ ਪੈਣਾ ਨਾ ਧਰਮ ਦੇ ਵਿੱਚ ਲੋੜ ਕਿਸ ਦੀ ਹੈ ਪ੍ਰਚਾਰ ਦੀ ਲੋੜ ਹੈ ਜਾਂ ਫਿਰ ਅਮਲ ਦੀ ਲੋੜ ਹੈ ਅਮਲ ਦੀ ਸਭ ਨੂੰ ਪਤਾ ਹੈਗਾ ਅੱਜ ਇਹ ਇਹ ਫੁੱਲਟ ਕਿਉਂ ਉਲਟੀ ਗੰਗਾ ਕਿਉਂ ਵਹਿ ਰਹੀ ਐ ਅੱਜ ਪ੍ਰਚਾਰ ਵਾਲੇ ਪਾਸੇ ਨੂੰ ਕਿਉਂ ਭੱਜਾ ਜਾ ਰਹੀ ਸਦਾ ਹੀ ਬਹਿੰਦੀ ਐ ਜੀ ਅੱਜ ਨਹੀਂ ਐ ਅਸੀਂ ਪਿਛਲੇ ਸਮੇਂ ਜਾ ਕੇ ਦੇਖ ਨਹੀਂ ਸਕਦੇ ਹੁੰਦੇ ਠੀਕ ਹੈ ਜੀ ਜਿੰਨਾ ਕਿ ਸਾਨੂੰ ਇਤਿਹਾਸ ਦੇ ਵਿੱਚ ਜੋ ਲੱਭਦਾ ਉਹ ਇਸ ਗੱਲ ਦੀ ਗਵਾਹੀ ਐ ਬਾਣੀ 'ਚ ਤਾਂ ਬਹੁਤ ਥਾਂ ਲਿਖੀ ਹੋਈ ਗੱਲ ਹੈ ਹੈਨਾ ਕਿ ਜਗ ਗਿਆਨੀ ਠੀਕ ਵੀ ਕੋਈ ਬਿਰਲਾ ਬੰਦਾ ਵਿਚਾਰਦਾ ਬਲ ਗੁਰੂ ਸਾਹਿਬ ਦੇ ਬਿਰਲੇ ਜਦੋਂ ਕਾਗਜ਼ ਨਹੀਂ ਮਿਲਦਾ ਸੀ ਜਦੋਂ ਕੋਈ ਪੜਿਆ ਹੁੰਦਾ ਸੀ ਉਦੋਂ ਵੀ ਲਿਖਿਆ ਪੜ-ਪੜ ਗੱਡੀ ਇਹ ਐਣੀ ਕਿ ਹੋਣੀ ਆ ਇਹ ਭੇੜ ਚਾਲ ਪਤਾ ਨਹੀਂ ਕਿਦਾਂ ਦੀ ਆ ਤਾਂ ਸਾਨੂੰ ਅੱਜ ਪਤਾ ਲੱਗਦਾ ਵਾ ਵੀ ਐਂ ਹੋਈ ਜਾਂਦਾ ਇਹ ਬਹੁਤ ਚਿਰਾਂ ਤੋਂ ਇਦਾਂ ਹੀ ਹੁੰਦਾ ਹੁੰਦਾ ਠੀਕ ਤਾਂ ਜਿਵੇਂ ਮਨੋਰੰਜਨ ਆ ਮਰੰਜਨ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਕਢਾਉਣ ਦਾ ਇੱਕ ਸਾਧਨ ਮਾਗ ਹੈ ਕਿ ਲੋਕਾਂ ਦੀ ਜੇਬ ਚੋਂ ਜੇਕਰ ਪੈਸਾ ਕਢਾਉਣਾ ਮੰਡੀ ਰਿਹਾ ਤਾਂ ਉਹ ਮਰੰਜਨ ਦੇ ਸਿਰ ਤੇ ਹੀ ਕਢਾਇਆ ਜਾ ਸਕਦਾ ਪਰ ਜਿਹੜੇ ਧਰਮੀ ਲੋਕ ਹੁੰਦੇ ਨੇ ਜਾਂ ਸਾਦਗੀ ਨਾਲ ਰਹਿਣ ਵਾਲੇ ਹੁੰਦੇ ਨੇ ਉਹ ਇਹਨਾਂ ਇੱਛਾਵਾਂ ਤੋਂ ਇਹਨਾਂ ਤੋਂ ਦੂਰ ਹੁੰਦੇ ਨੇ ਉਹਨਾਂ ਦੀ ਜੇਬ ਚੋਂ ਪੈਸਾ ਕਢਾਉਣਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ ਤਾਂ ਉਹ ਲੋਕ ਉਸ ਜਾਲ ਦੇ ਵਿੱਚ ਨਹੀਂ ਫਸਦੇ ਧਰਮੀ ਬੰਦੇ ਚਿਰਤੀ ਬੰਦੇ ਜਿਹੜੇ ਸਾਦਗੀ ਚ ਰਹਿਣ ਵਾਲੇ ਬੰਦੇ ਨੇ ਇਸੇ ਢੰਗ ਦੇ ਨਾਲ ਉਹਨਾਂ ਲੋਕਾਂ ਨੂੰ ਪਿਛੜੇ ਹੋਏ ਉਹਨਾਂ ਲੋਕਾਂ ਨੂੰ ਕਟੜ ਅਜਿਹੇ ਸ਼ਬਦ ਉਹਨਾਂ ਦੇ ਦੀ ਵਰਤ ਲੈ ਜਾਂਦੇ ਨੇ ਜਿਵੇਂ ਇਸਲਾਮ ਦੇ ਵਿੱਚ ਇਸ ਚੀਜ਼ ਦੀ ਮੁਕੰਮਲ ਪਾਬੰਦੀ ਹੈ ਇਸਲਾਮ ਦੇ ਲਈ ਕਟੜਤਾ ਸ਼ਬਦ ਬੜੇ ਵੱਡੇ ਪੱਧਰ ਦੇ ਉੱਤੇ ਵਰਤੇ ਆ ਜਾਂਦਾ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਹ ਠੀਕ ਹੈ ਇਦਾਂ ਹੀ ਹੈ ਤੇ ਜਿਹੜੇ ਮੰਡੀ ਦੀਆਂ ਸ਼ਰਤਾਂ ਮੁਤਾਬਕ ਜ਼ਿੰਦਗੀ ਨੂੰ ਸਮਝਣ ਨਹੀਂ ਲੱਗਦੇ ਫਿਰ ਉਹਨਾਂ ਦੀ ਜਿੱਥੇ ਟੇਕ ਹੈ ਉਹਦੇ ਤੇ ਹਮਲਾ ਕੀਤਾ ਜਾਂਦਾ ਹੈ ਠੀਕ ਕਿ ਉਹਦੀ ਜੜੀ ਵੱਢ ਦੋ ਜਿਦਾਂ ਨਹੀਂ ਦੇਖਿਆ ਆਪਾਂ ਦੇਖਦੇ ਅਦਾਲਤਾਂ 'ਚ ਜਿਹੜੇ ਚਲਾਕ ਵਕੀਲ ਹੁੰਦੇ ਆ ਉਹ ਜਦੋਂ ਕੋਈ ਗਵਾਹ ਆਉਂਦਾ ਦੂਜੇ ਪਾਸੇ ਦਾ ਉਹਦੀ ਗਵਾਹੀ ਨੂੰ ਰੱਦ ਨਹੀਂ ਕਰਦੇ ਉਹਦੇ ਕਰਦਾਰ ਨੂੰ ਰੱਦ ਕਰ ਦਿੰਦੇ ਫੜਕੇ ਕਿ ਇਹ ਗਵਾਹੀ ਦੇ ਲਾਇਕ ਨਹੀਂ ਹੈਗਾ ਠੀਕ ਇਦਾਂ ਹੀ ਇਹ ਆ ਕਿ ਜਿਹੜੇ ਬੰਦੇ ਮੰਡੀ ਦੀਆਂ ਸ਼ਰਤਾਂ ਤੋਂ ਮੁਕਰਦੇ ਨੇ ਜਾਂ ਉਹਨਾਂ ਨੂੰ ਠੋਕਰ ਮਾਰਦੇ ਨੇ ਤਾਂ ਬਕਾਇਦਾ ਉਹਨਾਂ ਉੱਤੇ ਠੋਕਰ ਮਾਰੀ ਜਾਂਦੀ ਹੈ ਖਾਸ ਕਰਕੇ ਹੁਣ ਤੁਸੀਂ ਦੇਖੋਗੇ ਕਿ ਪਿਛਲੇ ਬੀ ਬਾਈ ਸਾਲਾਂ ਚੋ ਜੋ ਦੁਨੀਆ ਚੱਲ ਰਿਹਾ ਖੋਜ ਦੇ ਨਾਂ ਤੇ ਉਥੇ ਇਹ ਹੈ ਕਿ ਜਿਹੜੀ ਸ਼ਹਾਦਤ ਹੈ ਇਹ ਇੱਕ ਦੌਰਾ ਹੁੰਦੀ ਹੈ ਜੇ ਬੰਦੇ ਨੂੰ ਮਿਰਗੀ ਦਾ ਦੌਰਾ ਪੈਂਦਾ ਏਦਾਂ ਬੰਦੇ ਨੂੰ ਮਨਟੈਰਡਮ ਸਿੰਡਰੋਮ ਹੱਚ ਵੀ ਬੰਦੇ ਨੂੰ ਪਰਪਕਾਰ ਦੇ ਦੌਰੇ ਪੈਂਦੇ ਨੇ ਤੇ ਬੰਦਾ ਤਾਸ਼ੀਦ ਹੋ ਜਾਂਦਾ ਠੀਕ ਤਾਂ ਏਦਾਂ ਦੀ ਗੱਲ ਲੈ ਕੇ ਆਉਣ ਲੱਗੇ ਤਾਂ ਕਿ ਜਿਹੜੇ ਬੰਦੇ ਉਹਦੇ ਮੁਤਾਬਕ ਨਹੀਂ ਆਉਂਦੇ ਸ਼ਰਤਾਂ ਮੁਤਾਬਕ ਉਹਨਾਂ ਦੇ ਉੱਤੇ ਇਹ ਠੱਪਾ ਲਾ ਦਿਓ ਕਿ ਇਹ ਬੰਦੇ ਹੀ ਨਹੀਂ ਹਨ ਅਬ ਕੁਝ ਪੰਜ ਸੱਤ ਗੱਲਾਂ ਹੋਰ ਹੁੰਦੀਆਂ ਸਮੇਂ ਦੇ ਹਾਨੀ ਨਹੀਂ ਹੈ ਸਮਾਂ ਹੁਣ ਬਦਲ ਗਿਆ ਠੀਕ ਜਿਹੜੇ ਬੰਦੇ ਇਦਾਂ ਗੱਲਾਂ ਕਰਦੇ ਆ ਆਮ ਤੌਰ ਤੇ ਉਹਨਾਂ ਦੀ ਸਮੇਂ ਬਾਰੇ ਸਮਝੋ ਸਰਕਾਰ ਦੀ ਜਾਂ ਵਪਾਰੀ ਦੀ ਘੜੀ ਹੋਈ ਗੱਲ ਹੀ ਹੁੰਦੀ ਹੈ ਕਿਸੇ ਨੇ ਬੈਠ ਕੇ ਸੋਚਿਆ ਨਹੀਂ ਹੁੰਦਾ ਕਿ ਜ਼ਿੰਦਗੀ ਜਾਂ ਸਮਾਂ ਹੈ ਕੀ ਕਰਵਾੜੇ ਕੋਈ ਸਿੱਖ ਰਹਿਣ ਦਾ ਦਾਵਾ ਕਰਦਾ ਉਹ ਘਟੂ ਘਟ ਇੱਕ ਵਾਰ ਸਹਜ ਪਾਠ ਕਰਕੇ ਸਮਝ ਲੇ ਪਤਾ ਲੱਗ ਜੂ ਕਿ ਸਮਾਂ ਜਾਂ ਜ਼ਿੰਦਗੀ ਕੀ ਆ ਹਰ ਚ ਠੀਕ ਕੋਈ ਆਪਣਾ ਨਿੱਜੀ ਅਹਿਸਾਸ ਤਾਂ ਪੈਦਾ ਹੋਵੇ ਤਾਂ ਬੰਦਾ ਬੋਲਦਾ ਚੰਗਾ ਲੱਗਦਾ ਉਹਤੇ ਕਿਸੇ ਦੀ ਗੱਲ ਸੁਣ ਕੇ ਆ ਜਾ ਉਹ ਵੀ ਉਹ ਦੀ ਜਿਹੜਾ ਸਾਡੇ ਖਿਲਾਫ ਚੱਲਦੇ ਪਏ ਨੇ ਠੀਕ ਵੀ ਜੇ ਸਾਡੇ ਮੂੰਹ 'ਚ ਸ਼ਬਦ ਅਗਲੇ ਦੇ ਨੇ ਤੇ ਭਾਵਨਾ ਸਾਡੀ ਕਿਦਾਂ ਹੋਈ ਉਹਦੇ 'ਚ ਠੀਕ ਉਹਦਾ ਸਾਡੀ ਭਾਵਨਾ ਨੂੰ ਅਗਲੇ ਨੇ ਬੰਨ ਲਿਆ ਆਉਣਾ ਚਾਹੀਦਾ ਵੀ ਸਿੱਖੀ ਦਾ ਇਹ ਪ੍ਰਚਾਰ ਹੋਣਾ ਚਾਹੀਦਾ ਇਤਿਹਾਸ ਚ ਲਿਖੀ ਹੋਈ ਗੱਲ ਕਹਦੇ ਹੈ ਇਦਾਂ ਦੀ। ਠੀਕ। ਵੀ ਗਿਣਤੀ ਬਤਾਓ। ਪ੍ਰਚਾਰ ਕਰੋ। ਸਰਗਨੀ ਪ੍ਰਚਾਰ ਕਰਨ ਦੇ ਉਲਟ ਗੱਲਾਂ ਕਈਆਂ ਹੋਈਆਂ ਨੇ। ਕਿ ਜਿਹੜਾ ਹੋਰਾਂ ਨੂੰ ਸਮਝਾਉਂਦਾ ਆਪ ਨਹੀਂ ਸਮਝਦਾ। ਹੈਨਾ? ਆਵਰੇਪਦੇਸ਼ ਹੈ। ਠੀਕ। ਬਹੁਤ ਵਾਰੀ ਠੋਕਰ ਮਾਰੀ ਹੋਈ ਹੈ। ਵੀ ਬਾਲੀਆਂ ਗੱਲਾਂ ਨਾ ਕਰੋ। ਪਹਿਲਾਂ ਆਪ ਦੇ ਅੰਦਰ ਚਾਕੋ। ਕਿ ਆਪ ਆਪਣੇ ਗਰੀਬਾਂ ਨੇ। ਕਿ ਇਹ ਕਿੱਥੋਂ ਆ ਗਈ ਗੱਲ ਇਹ? ਵੀ ਸਾਡਾ ਜੇ ਪ੍ਰਚਾਰ ਹੋ ਜੁ ਦੁਨੀਆ ਚ ਪੱਤੇ ਪੱਤੇ ਦੇ ਨਾਲ ਲਿਖ ਦਿਓ ਇਸਿੱਖੀ ਦਾ ਠੀਕ ਮੈਂ ਸਾਰੇ ਪੱਤੇ ਦੇ ਰੰਗ ਕਰ ਦੋ ਸਾਰੀ ਮੁਖਤਾ ਦੇ ਰੰਗ ਕਰ ਦੋ ਠੀਕ ਡਰਾ ਹੈ ਕੋਈ ਵੀ ਸਾਡੀ ਗਿਣਤੀ ਥੋੜੀ ਹੈ ਵੀ ਗੁਰੂ ਨੇ ਸਿੱਖ ਬਣਾਇਆ ਜਾਂ ਬੰਦੇ ਬਣਾਇਆ ਗਿਣਤੀ ਵਾਸਤੇ ਥੋੜੀ ਬਣਾਇਆ ਕਿ ਭਾਈ ਜ਼ਿੰਦਗੀ ਅਸਲ ਚ ਇਦਾਂ ਹੈ ਇਹਨੂੰ ਇਦਾਂ ਜੀਓ ਜੀ ਇਸੇ ਦਾ ਮਸਲਾ ਹੈ ਨਾ ਬਿਜਾ ਆਪੇ ਕੋਈ ਬੰਦਾ ਕਿਸੇ ਟਿਕਾਣੇ ਨਹੀਂ ਲੱਗਿਆ ਉਹ ਦੂਜਿਆਂ ਨੂੰ ਕਿੱਥੇ ਲਾਜੂ ਕੇਚ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਹ ਉਖੜਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਇਸਵੀ ਤਾਰੀਖ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ ਹਾਂ ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾ ਦਾ ਦਿਨ ਦੀ ਵੀ ਹਨੇਰ ਪੈ ਗਿਆ ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਨਾ ਕਰੀ ਉਸ ਰਾਤ ਕਿਉਂ ਦੀਆਂ ਜੋਤਾਂ ਜਗੀਆਂ